ਪੰਜਾਬ ਬੀਐਡ ਇੰਟਰਸਟਸ ਦਾ 2017 ਦਾ ਪੇਪਰ ਹੈ, ਪੰਜਾਬੀ ਭਾਸ਼ਾ ਦਾ ਸੈੱਟ ਹੈ। ਇਸ ਵਿੱਚ 30 ਕੁਐਸਚਨ ਹਨ, ਉਹ ਕੁਐਸਚਨਾਂ ਤੇ ਵਿਚਾਰ ਕਰਾਂਗੇ, ਵਿਸ਼ਲੇਸ਼ਣ ਕਰਾਂਗੇ ਤੇ ਸਟ੍ਰੈਟੇਜੀ ਸਿੱਖਾਂਗੇ ਕਿ ਜਦੋਂ ਸਾਡੇ ਕੋਲ ਨੌਲੇਜ ਨਹੀਂ ਹੈ, ਗਿਆਨ ਨਹੀਂ ਹੈ, ਘੱਟ ਨੌਲੇਜ ਹੈ, ਤਾਂ ਅਸੀਂ ਰਾਈਟ ਆਂਸਰ ਤੱਕ ਕਿਵੇਂ ਪਹੁੰਚ ਸਕਦੇ ਹਾਂ। ਨਾਲ ਨਾਲ ਜੋ ਇਨਫੋਰਮੇਸ਼ਨ ਹੈ, ਸੂਚਨਾ ਜਾਂ ਗਿਆਨ ਹੈ, ਉਸਦਾ ਵੀ ਵਿਸ਼ਲੇਸ਼ਣ ਜਾਂ ਕਰਾਂਗਾ ਜੋ ਮੇਰੇ ਕੋਲ ਹੈ। ਫਸਟ ਕੁਐਸਚਨ ਹੈ, ਪਹਿਲਾ ਕੁਐਸਚਨ ਹੈ, ਵਿਆਕਰਨ ਤੋਂ ਭਾਵ ਹੈ, ਵਿਆਕਰਨ ਦੀ ਪਰਿਭਾਸ਼ਾ ਇੱਕਦਮ ਤੁਹਾਡੇ ਮਨ ਚ ਆਉਂਦੀ ਹੈ, ਕੀ ਹੋਏਗੀ? ਨੈਚੁਰਲੀ ਹੈ ਕਿ ਵਿਆਕਰਨ ਦੀ ਪਰਿਭਾਸ਼ਾ ਜਦੋਂ ਕਰਦੇ ਹਾਂ ਅਸੀਂ, ਸਾਡੇ ਮਨ ਚ ਆਉਂਦਾ ਹੈ ਕਿ ਭਾਸ਼ਾ ਦੇ ਨਿਯਮ ਹਨ। ਹੁਣ ਕੁਐਸਚਨ ਬਣਾਉਣ ਵਾਲੇ ਨੇ ਬੜੀ ਚਤੁਰਾਈ ਦਾ ਪ੍ਰਯੋਗ ਕੀਤਾ ਹੈ। ਇਹਦੇ ਵਿੱਚ ਮੈਂ ਦੱਸਿਆ ਸੀ ਕੋਨਸਟੈਂਟ ਤੇ ਵੇਰੀਏਬਲ ਆਈਡੈਂਟੀਫਾਈ ਕਰ ਲੈਂਦੇ ਹਨ, ਭਾਸ਼ਾ 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 ਨਿਯਮ ਨਿਯਮ ਨਿਯਮ, ਓਕੇ, ਸਾਰਿਆਂ ਵਿੱਚ ਹਨ। ਇਵੇਂ ਭਾਸ਼ਾ ਦੇ ਸ਼ਬਦ, ਭਾਸ਼ਾ ਦੇ ਨਿਯਮ ਜਿਹੜਾ ਹੈ, ਇਹ ਦੋ ਕਾਂਸਟੈਂਟ ਨੇ। ਵੇਰੀਏਬਲ ਕਿਹੜਾ ਹੈ ਜਿਹੜਾ ਆਈਡੈਂਟੀਫਾਈ ਕਰਨਾ, ਜਿਹਦੇ ਆਧਾਰ ਤੇ ਰਾਈਟ ਆਂਸਰ ਪਹੁੰਚਣਾ ਹੈ? ਪਹਿਲਾ ਹੈ ਸਿਖਲਾਈ, ਲਰਨਿੰਗ, ਦੂਸਰਾ ਹੈ ਉਚਾਰਣ, ਤੀਜਾ ਹੈ ਬਣਤਰ, ਚੌਥਾ ਹੈ ਅਧਿਆਪਨ। ਪਹਿਲੀ ਗੱਲ, ਸਭ ਤੋਂ ਸਿਰਫ ਉਚਾਰਣ, ਚਾਰ ਸਕਿੱਲਸ ਨੇ ਨਾ, ਮੌਖਿਕ ਹੈ, ਅਸੀਂ ਬੋਲਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਲਿਖਦੇ ਹਾਂ, ਚਾਰ ਕੌਸ਼ਲ ਹਨ ਭਾਸ਼ਾ ਦੇ। ਸੋ ਇਹ ਸਿਰਫ ਇੱਕ ਕੌਸ਼ਲ ਦੀ ਗੱਲ ਕੀਤੀ ਗਈ ਹੈ, ਕਿਉਂਕਿ ਵਿਆਕਰਣ ਦੇ ਨਿਯਮ ਸਿਰਫ ਉਚਾਰਨ ਲਈ ਨਹੀਂ, ਲਿਖਣ ਲਈ ਵੀ ਹੈ ਨਾ, ਸੁਣਨ ਪੜ੍ਹਨ ਸਭ ਜਗ੍ਹਾ ਤੇ ਇਸਤੇਮਾਲ ਹੁੰਦੇ ਹਨ। ਦੈਟ ਇਜ ਵਾਈ ਸਭ ਤੋਂ ਪਹਿਲਾਂ ਕ੍ਰੋਸ ਇੱਥੇ ਲਵਾਂਗੇ। ਦੂਸਰਾ ਹੈ, ਜੇ ਸਿਖਲਾਈ ਹੈ ਤਾਂ ਅਧਿਆਪਨ ਹੋਏਗਾ, ਜੇ ਅਧਿਆਪਨ ਹੈ ਤਾਂ ਸਿਖਲਾਈ ਹੋਏਗਾ, ਇਹ ਦੋਵੇਂ ਹੀ ਨਾਲ ਨਾਲ ਚੱਲ ਰਹੇ ਨੇ। ਇੱਥੇ ਸਿੰਪਲ ਇਹ ਡਿਸਟ੍ਰਕਟਰ ਬਣ ਰਹੇ ਨੇ ਕਿ ਭਾਸ਼ਾ ਵਿਆਕਰਣ ਸਿਰਫ ਸਿਖਲਾਈ ਦਾ ਸਾਧਨ ਹੈ ਜਾਂ ਸ਼ੁੱਧਤਾ ਦਾ ਹੈ। ਭਾਸ਼ਾ ਦੇ ਜੇ ਸਿਖਲਾਈ ਦਾ ਹੈ ਤੇ ਕੀ ਇਹ ਸਕੂਲ ਵਿੱਚ ਰਸਮੀ ਤੌਰ ਤੇ ਹੈ ਜਾਂ ਗੈਰ ਰਸਮੀ ਤੌਰ ਤੇ ਹੈ? ਲੇਕਿਨ ਇੱਕ ਬੱਚਾ ਘਰ ਵਿੱਚ ਛੋਟੇ ਹੁੰਦੇ, ਬੇਸ਼ੱਕ ਉਹ ਪਰਿਵਾਰ ਦੇ ਵੀ ਲੋਕ ਅਨਪੜ੍ਹ ਨੇ, ਲੇਕਿਨ ਵਿਆਕਰਨਕ ਨਿਯਮਾਂ ਦੀ ਪਾਲਣਾ ਕਰਦਾ ਹੈ। ਵਿਆਕਰਨਕ ਨਿਯਮਾਂ ਦੀ ਪਾਲਣਾ ਕਿਵੇਂ? ਪੰਜਾਬੀ ਪਰਿਵਾਰ ਵਿੱਚ ਹੈ ਬੱਚਾ, ਉਹ ਜਦੋਂ ਵਾਕ ਬੋਲੇਗਾ ਕਰਤਾ ਕਰਮ ਕਿਰਿਆ ਦੇ ਕ੍ਰਮ ਵਿੱਚ ਹੀ ਬੋਲੇਗਾ, ਹੈ ਨਾ। ਜੇ ਇੰਗਲਿਸ਼ ਪਰਿਵਾਰ ਵਿੱਚ ਹੈ ਤਾਂ ਉਹ ਸਬਜੈਕਟ ਵਰਬ ਆਬਜੈਕਟ ਦੇ ਕ੍ਰਮ ਵਿੱਚ ਬੋਲੇਗਾ। ਇਹ ਕ੍ਰਮ ਕੀ ਹੈ? ਨਿਯਮ ਹੈ। ਸੋ ਇਹ ਨਿਯਮ ਤਾਂ ਉਹਦੇ ਬਣਤਰ ਨਹੀਂ ਦਿਖਾਈ ਦੇ ਰਹੀ ਸਾਫ਼, ਸਿਰਫ ਉਹ ਸਿੱਖਣ ਲਈ ਨਹੀਂ ਹੈ, ਇਸ ਲਈ ਸਿੱਖਣ ਲਈ ਨਹੀਂ ਹੈ ਤੇ ਸਿਰਫ ਅਧਿਆਪਨ ਲਈ। ਸਿਰਫ ਅਧਿਆਪਨ ਲਈ ਜੇ ਪਰਿਭਾਸ਼ਾ ਹੁੰਦੀ ਤਾਂ ਸਿਰਫ ਜਿਹੜੇ ਲੋਕਾਂ ਨੂੰ ਐਜੂਕੇਸ਼ਨ ਮਿਲ ਰਹੀ ਹੈ, ਟੀਚਿੰਗ ਮਿਲ ਰਹੀ ਹੈ, ਸਿਰਫ ਉਹਨਾਂ ਲਈ ਵਿਆਕਰਨ ਹੈ, ਇੱਥੋਂ ਇਹ ਰਿਜੈਕਟ ਹੁੰਦਾ ਨਹੀਂ, ਉਹਨਾਂ ਲਈ ਨਹੀਂ ਹੈ। ਵਿਆਕਰਨ ਦੇ ਨਿਯਮ ਸਭ ਲਈ ਹੈ। ਜੇ ਸਭ ਲਈ ਹੈ, ਜੇ ਅਧਿਆਪਨ ਕੈਂਸਲ ਹੋ ਰਿਹਾ ਹੈ ਤੇ ਨਾਲ ਹੀ ਸਿਖਲਾਈ ਵੀ ਕੈਂਸਲ ਹੋ ਰਹੀ ਹੈ, ਸੋ ਬਣਤਰ ਬਚ ਰਹੀ ਹੈ। ਇਸ ਜੋ ਐਗਜ਼ਾਮਪਲ ਹੈ ਉਸਦੇ ਆਧਾਰ ਤੇ ਅਸੀਂ ਸੀ ਨੂੰ ਚੁਣਦੇ ਹਾਂ ਸਹੀ ਆਂਸਰ, ਕਿ ਕਿਸੇ ਭਾਸ਼ਾ ਦਾ ਬਣਤਰ ਦੇ ਨਿਯਮਾਂ ਦਾ ਸਮੂਹ। ਦੂਸਰਾ ਗੱਲ ਹੈ, ਇਹ ਵਿਆਪਕ ਪਰਿਭਾਸ਼ਾ ਕਿਵੇਂ ਹੈ? ਕਿਸੇ ਭਾਸ਼ਾ ਦੀ ਬਣਤਰ ਦੇ ਨਿਯਮਾਂ, ਇੱਥੇ ਨਿਯਮ ਹੈ, ਨਿਯਮ ਹੈ, ਨਿਯਮ ਹੈ, ਇੱਥੇ ਨਿਯਮਾਂ ਹੈ, ਦਾ ਸਮੂਹ ਹੈ, ਇੱਕ ਨਿਯਮ ਦੀ ਨਹੀਂ ਹੈ ਗੱਲ, ਜ਼ਿਆਦਾ ਨਿਯਮਾਂ ਦੀ ਗੱਲ ਹੈ। ਸੋ ਵਿਆਪਕ ਪਰਿਭਾਸ਼ਾ ਸਾਡੇ ਕੋਲ ਸੀ ਹੈ। ਅਗਲਾ ਕੁਐਸਚਨ ਹੈ, ਪੰਜਾਬੀ ਭਾਸ਼ਾ ਵਿੱਚ ਵਚਨਾਂ ਦੀ ਗਿਣਤੀ ਕਿੰਨੀ ਹੈ? ਕਈ ਵਾਰ ਤਾਂ ਜ਼ਿਆਦਾ ਹੀ ਸੌਖਾ ਕੁਐਸਚਨ ਹੁੰਦਾ ਹੈ, ਅਜਿਹਾ ਕੁਐਸਚਨ ਸਾਰਿਆਂ ਲਈ ਇੱਕ ਨੰਬਰ ਦੇ ਦਿੰਦਾ ਹੈ। ਪੰਜਾਬੀ ਭਾਸ਼ਾ ਵਿੱਚ ਇੱਕ ਵਚਨ, ਬਹੁਵਚਨ, ਦੋ, ਰਾਈਟ ਆਂਸਰ ਬੀ ਹੈ, ਮੁੰਡਾ ਮੁੰਡੇ। ਜਿਹੜੀਆਂ ਧੁਨੀਆਂ ਇਕੱਲੀਆਂ ਦਾ ਉਚਾਰੀਆਂ ਜਾ ਸਕਣ, ਵਾਕ ਨਹੀਂ ਬਣ ਰਿਹਾ, ਇੱਥੇ ਦਾ ਦੀ ਜਗ੍ਹਾ ਤੇ ਨਾ ਆਏਗਾ, ਵਾਕ ਨਹੀਂ ਦਿਖਾਈ ਦੇ ਰਿਹਾ। ਜਿਹੜੀਆਂ ਧੁਨੀਆਂ, ਧੁਨੀਆਂ ਸਾਊਂਡਸ, ਠੀਕ, ਇਕੱਲੀਆਂ ਨਾ ਉਚਾਰੀਆਂ ਜਾ ਸਕਣ, ਉਹਨਾਂ ਨੂੰ ਕਿਹਾ ਜਾਂਦਾ ਹੈ। ਦੇਖੋ ਇਹਦੇ ਵਿੱਚ ਸੈਂਟਰਲ ਆਈਡੀਆ ਹੈ ਇਕੱਲੀਆਂ, ਜਿਹੜੀਆਂ ਇਕੱਲੀਆਂ ਉਚਾਰੀਆਂ ਜਾ ਸਕਦੀਆਂ ਹਨ, ਹੈ ਨਾ। ਉਹ ਇਕੱਲੀ ਦਾ ਕਿਸ ਦਾ ਸੰਬੰਧ ਹੈ? ਇਕੱਲੇ, ਖੰਡ ਨਾਲ। ਜਿਹੜੀ ਇਕੱਲੀ ਨਾ ਹੋ ਸਕੇ ਉਹ ਅਖੰਡ ਨਾ। ਖੰਡੀ ਤੇ ਅਖੰਡੀ ਧੁਨੀਆਂ, ਸਵਰ ਅਸੀਂ ਜਾਣਦੇ ਹਾਂ ਉਹ ਧੁਨੀਆਂ ਹੁੰਦੀਆਂ ਹਨ ਜਦੋਂ ਸਾਡੇ ਫੇਫੜਿਆਂ ਚੋਂ ਨਿਕਲਦੀ ਹਵਾ ਕਿਸੇ ਵੀ ਉਚਾਰਨ ਸਥਾਨ ਜਾਂ ਉਚਾਰਨ ਅੰਗ ਤੇ ਨਾ ਰੁਕੇ, ਬਿਨਾਂ ਰੁਕੇ ਹਵਾ ਬਾਹਰ ਆਉਂਦੀ ਹੈ ਤੇ ਉਹ ਸਵਰ ਅਖਾਉਂਦੇ ਹਨ। 10 ਸਵਰ ਨੇ, 3 ਸਵਰ ਵਾਹਕ ਨੇ, ਪਹਿਲਾਂ ਵੀ ਦੱਸਾਇਆ ਹਾਂ। ਵਿਅੰਜਨ ਉਹ ਨੇ ਜਦੋਂ ਹਵਾ ਛਾਤੀ ਚੋਂ ਬਾਹਰ ਆਉਂਦੀ ਹੈ ਕਿਸੇ ਉਚਾਰਨ ਸਥਾਨ ਦਾ ਉਚਾਰਨ ਅੰਗ ਤੇ ਪੂਰਨ ਜਾਂ ਆਂਸ਼ਿਕ ਰੂਪ ਵਿੱਚ ਰੁਕਦੀ ਹੈ।
ਉਹ ਵਿਅੰਜਨ ਹੁੰਦੇ ਹਨ। ਸੋ ਇਹ ਪਰਿਭਾਸ਼ਾ ਮੈਚ ਨਹੀਂ ਕਰਦੀਆਂ। ਸੋ ਇਕੱਲੀਆਂ ਜੇਕਰ ਮੈਨੂੰ ਇਸਦਾ ਗਿਆਨ ਵੀ ਨਹੀਂ ਹੈ ਤਾਂ ਮੈਂ ਇਕੱਲੀਆਂ ਤੇ ਫੋਕਸ ਕਰਕੇ ਹਾਂ ਇਹ ਕਰੈਕਸ਼ਨ ਹੋਣੀ ਚਾਹੀਦੀ ਹੈ ਤੇ ਨਾ ਇਸ ਲਈ ਇਕੱਲੀਆਂ ਨਹੀਂ ਉਚਾਰੀਆਂ ਜਾ ਸਕਦੀਆਂ। ਅਖੰਡ ਅਖੰਡ ਮਤਲਬ ਖੰਡ ਨਹੀਂ ਜਿਹੜਾ ਕੀਤਾ ਜਾ ਸਕਦਾ ਹੈ ਨਾ। ਤੋ ਸਿੰਪਲੀ ਹੈ ਏ ਨੂੰ ਅਸੀਂ ਸਹੀ ਆਂਸਰ ਕਹਾਂਗੇ। ਖੰਡੀ ਅਖੰਡੀ ਦੁਨੀਆਂ ਬਾਰੇ ਥੋੜਾ ਜਿਹਾ ਵਿਸਥਾਰ ਚ ਜੇ ਜਾਣਨਾ ਹੈ ਤਾਂ ਖੰਡੀ ਅਖੰਡੀ ਦੁਨੀਆਂ ਤੇ ਹੋਰ ਪ੍ਰਸ਼ਨ ਵੀ ਆ ਸਕਦਾ ਹੈ। ਦੁਨੀਆਂ ਨੂੰ ਦੋ ਵਰਗਾਂ ਵਿੱਚ ਪੰਜਾਬੀ ਵਿੱਚ ਵੰਡਿਆ ਜਾਂਦਾ ਹੈ। ਇੱਕ ਖੰਡੀ, ਖੰਡੀ ਹੈ ਜਿਹੜੀਆਂ ਆਪਣੇ ਆਪ ਵਿੱਚ ਇਕੱਲੀਆਂ ਇਕੱਲੀਆਂ ਵਿਚਰ ਸਕਦੀਆਂ ਹਨ, ਦੂਸਰੀਆਂ ਧੁਨੀਆਂ ਤੋਂ ਬਿਨਾਂ, ਦੂਸਰੀਆਂ ਧੁਨੀਆਂ ਤੋਂ ਇਹ ਸੁਤੰਤਰ ਹੈ। ਸਾਰੇ ਸਵਰ ਆ ਜਾਂਦੇ ਨੇ ਸਾਡੇ 10 ਸਵਰ ਨੇ, ਠੀਕ ਹੈ, ਉੜਾ ਇੜਾ ਇੜੀ ਸਵਰ ਵਾਹਕ ਨੇ, ਵਿਅੰਜਨ ਸਾਰੇ ਆ ਜਾਂਦੇ ਨੇ, ਅਰਧ ਸਵਰ ਤੇ ਅਰਧ ਵਿਅੰਜਨ ਆ ਜਾਂਦੇ ਨੇ। ਇਹਨਾਂ ਤੇ ਵੱਖਰਾ ਵੀਡੀਓ ਹੋਏਗਾ ਕਿਉਂਕਿ ਪੂਰਾ ਚਾਰਟ ਦਿਖਾ ਕੇ ਸਾਰਾ ਸਮਝਾਇਆ ਜਾਏਗਾ। ਸੋ ਤੁਸੀਂ ਕੋਈ ਵੀ ਉੜਾ ਐੜਾ ਇੜੀ ਨ ਲੈ ਲਓ, ਜ ਲੈ ਲਓ, ਵ ਲੈ ਲਓ, ਹਨਾ, ਰ ਲੈ ਲਓ, ਇਹ ਖੰਡੀ ਧੁਨੀਆਂ ਹਨ। ਦੂਸਰੀ ਤਰਫ ਅਖੰਡੀ ਧੁਨੀਆਂ ਜਿਹੜੀਆਂ ਧੁਨੀਆਂ ਇਹਨਾਂ ਧੁਨੀਆਂ ਤੋਂ ਬਿਨਾਂ ਵਿਚਰ ਨਾ ਸਕਦੀਆਂ ਹਨ, ਨਾ ਸਕਦੀਆਂ ਹੁਣ। ਉਹਨਾਂ ਵਿੱਚ ਕਿਹੜੀਆਂ ਹਨ? ਚਾਰ, ਪਿੱਚ, ਸੁਰ, ਨਾਸਿਕਤਾ ਤੇ ਬਲ। ਕੋਈ ਐਗਜਾਮਪਲ ਇੱਕ ਯਾਦ ਰੱਖ ਲਓ ਜੇ ਸੌਖੀ ਰਹਿੰਦੀ ਹੈ। ਪਿੱਚ ਤਾਂ ਉਸਨੂੰ ਕਹਿੰਦੇ ਹਨ ਜਦੋਂ ਸਾਡੇ ਇੱਥੇ ਸੁਰ ਤੰਦਾਂ ਹੁੰਦੀਆਂ ਹਨ। ਤੁਹਾਨੂੰ ਦਿਖਾ ਦਵਾਂ ਸੁਰ ਤੰਦਾਂ ਨੂੰ ਵਿਖਾ ਕੇ, ਚਲੋ ਥੋੜਾ ਸੌਖਾ ਹੋ ਜਾਏਗਾ। ਅੱਛਾ, ਇਹ ਉਚਾਰਨ ਅੰਗ, ਉਚਾਰਨ ਸਥਾਨ ਹਨ। ਇਹ ਧਿਆਨ ਨਾਲ ਦੇਖੋ, ਗਲਾ ਹੈ, ਗਲੇ ਦੇ ਨੀਚੇ ਇਹ ਜੋ ਸਾਈਨ ਹੈ ਰਾਊਂਡ ਛੋਟਾ ਜਿਹਾ, ਜਿਵੇਂ ਇੱਕ ਕਣਕ ਦੇ ਦਾਣੇ ਨੂੰ ਵੱਡਾ ਕਰ ਲਈਏ ਉਸ ਤਰ੍ਹਾਂ ਦਾ, ਇਹ ਦੇਖੋ ਕਣਕ ਦੇ ਦਾਣੇ ਨੂੰ ਵੱਡਾ ਕਰ ਲਈਏ ਨਾ, ਇਹ ਵੋਕਲ ਕਾਰਡ ਕਹਿੰਦੇ ਆ ਪੰਜਾਬੀ ਵਿੱਚ। ਇਸਨੂੰ ਸੁਰ ਤੰਦਾਂ ਜਾਂ ਨਾਦ ਤੰਤਰੀਆਂ ਕਿਹਾ ਜਾਂਦਾ ਹੈ। ਜਦੋਂ ਅਸੀਂ ਕੋਈ ਧੁਨੀ ਦੀ ਉਚਾਰਨ ਕਰਦੇ ਹਾਂ ਤੇ ਇਹਦੇ ਵਿੱਚ ਕੰਪਨੀ ਪੈਦਾ ਹੁੰਦੀ ਹੈ, ਕੰਪਨ ਪੈਦਾ ਹੁੰਦੀ ਹੈ, ਕੰਪਨ ਲਿਖਿਆ, ਠੀਕ, ਕਿਸੇ ਵੇਲੇ ਕੰਪਨ ਜ਼ਿਆਦਾ ਪੈਦਾ ਹੁੰਦੀ ਹੈ। ਜਦੋਂ ਜ਼ਿਆਦਾ ਪੈਦਾ ਹੁੰਦੀ ਹੈ ਕੰਪਨ, ਉਸ ਨੂੰ ਕਿਹਾ ਜਾਂਦਾ ਹੈ ਪਿੱਚ। ਇਹ ਜਿਹੜਾ ਉਤਾਰ ਚੜਾਵ ਕੰਬਨ ਦਾ ਘਟਣਾ ਤੇ ਵਧਣਾ ਹੈ, ਉਹ ਸ਼ਬਦ ਦੇ ਅਰਥਾਂ ਨੂੰ ਬਦਲ ਦਿੰਦਾ ਹੈ ਤਾਂ ਉਸਨੂੰ ਸੁਰ ਕਿਹਾ ਜਾਂਦਾ। ਜੇ ਇਹ ਕੰਪਨ, ਇਹ ਜੋ ਵੋਕਲ ਕਾਰਡ ਹੈ, ਸੁਰ ਤੰਦਾਂ ਹੈ, ਨਾਦ ਤੰਤਰੀਆਂ ਹਨ, ਮੈਂ ਕਿਉਂ ਜ਼ਿਆਦਾ ਸ਼ਬਦ ਵਰਤ ਰਿਹਾ ਹਾਂ? ਕਿਉਂਕਿ ਐਗਜ਼ਾਮ ਵਿੱਚ ਕੋਈ ਵੀ ਸ਼ਬਦ ਵਰਤਿਆ ਜਾ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ ਇਹ ਚ ਕੰਪਨੀ ਦਾ ਉਤਾਰ ਚੜਾਵ, ਜ਼ਿਆਦਾ ਕੰਬਦੀਆਂ ਘੱਟ ਕੰਬਦੀਆਂ, ਉਸ ਦਾ ਜਿਹੜਾ ਪ੍ਰਭਾਵ ਹੈ ਵਾਕ ਜਾਂ ਉਪਵਾਕ ਤੇ ਪੈਂਦਾ ਹੈ, ਜਾਂ ਉਪਵਾਕ ਤੇ ਪੈ ਜਾਂਦਾ ਹੈ ਤਾਂ ਉਸ ਨੂੰ ਵਾਕ ਸੁਰ ਕਹਿੰਦੇ ਹਨ। ਤਿੰਨ ਚਾਰ ਕੰਸੈਪਟ ਹੋ ਗਏ, ਸੁਰਤੰਦਾ, ਨਾਦ ਤੰਤਰੀਆਂ, ਠੀਕ, ਉਹਨਾਂ ਦਾ ਕੰਬਣਾ, ਬਹੁਤ ਜ਼ਿਆਦਾ ਕੰਬਣਾ ਹੈ ਉਸਨੂੰ ਪਿੱਚ ਕਹਿੰਦੇ ਹਨ, ਔਰ ਜਦੋਂ ਉਹ ਉਤਾਰ ਚੜਾਵ ਉਹਦਾ ਹੈ ਸ਼ਬਦ ਪੱਧਰ ਤੇ, ਸ਼ਬਦ ਦੇ ਅਰਥ ਨੂੰ ਬਦਲ ਦਿੰਦਾ ਹੈ, ਸ਼ਬਦ ਪੱਧਰ ਤੇ ਸਾਰਥਕ ਹੁੰਦਾ ਹੈ ਜਿਸ ਨੂੰ ਕਿਹਾ ਜਾਂਦਾ ਹੈ, ਉਸ ਨੂੰ ਸੁਰ ਕਿਹਾ ਜਾਂਦਾ ਹੈ। ਇਹਦਾ ਮਤਲਬ ਸੁਰ ਦਾ ਸੰਬੰਧ ਸ਼ਬਦ ਪੱਧਰ ਤੇ ਹੈ, ਤੇ ਜਿਹੜੀ ਕੰਪਨ ਵਾਕ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਉਪਵਾਕ ਨੂੰ ਕਰਦੀ ਹੈ ਉਸਨੂੰ ਵਾਕ ਸੁਰ ਕਿਹਾ ਜਾਂਦਾ ਹੈ, ਸੁਰ ਲਹਿਰ ਵੀ ਕਹਿ ਦਿੱਤਾ ਜਾਂਦਾ ਹੈ। ਸੋ ਇਹ ਪ੍ਰਸ਼ਨ ਪੁੱਛੇ ਜਾ ਸਕਦੇ ਨੇ, ਵਾਪਸ ਚੱਲਦੇ ਹਾਂ, ਵਿਸਥਾਰ ਵਿੱਚ ਫਿਰ ਕਿਤੇ ਕਵਰ ਕਰਾਂਗੇ। ਅੱਛਾ, ਨਾਸਿਕਤਾ ਹੈ, ਨਾਸਿਕਤਾ ਅਸੀਂ ਜਾਣਦੇ ਹਾਂ ਕਿ ਫਿਰ ਉੱਥੇ ਜਾਂਦੇ ਹਾਂ। ਨਾਸਿਕਤਾ ਜੇ ਮੂੰਹ ਪੋਲ ਤੇ ਨਾ ਪੋਲ, ਧਿਆਨ ਨਾਲ ਦੇਖੋ ਕਿ ਇਹ ਜਿਹੜਾ ਹਿੱਸਾ ਹੈ ਇਸ ਤਰ੍ਹਾਂ ਦੀ ਹਵਾ ਬਾਹਰ ਆਉਂਦੀ ਹੈ ਤੇ ਬੁੱਲਾਂ ਰਾਹੀਂ ਦੇਖਿਓ ਬਾਹਰ ਆ ਗਈ, ਜਿਵੇਂ ਦੋ ਬੁੱਲਾਂ ਨੂੰ ਰੋਕ ਲੈਂਦੇ, ਦੋ ਹੋਠੀ ਸਵਰ ਕਹਿ ਦਿੰਦੇ ਆ। ਜਦੋਂ ਇਹ ਮੂੰਹ ਪੋਲ ਰਾਹੀਂ ਹਵਾ ਬਾਹਰ ਆਉਂਦੀ ਹੈ ਤਾਂ ਉਹ ਨਾਸਕੀ ਧੁਨੀਆਂ ਨਹੀਂ ਹਨ। ਜਦੋਂ ਨਾ ਪੋਲ, ਜਿਸ ਨੈਸਲ ਕੈਵਿਟੀ ਹੈ ਨਾ ਲਿਖਿਆ ਹੋਇਆ ਆ, ਜਦੋਂ ਨੱਕ ਰਾਹੀਂ, ਇੰਨਾ ਸਮਝ ਲਓ ਨੱਕ ਰਾਹੀਂ ਜਾਂ ਨੱਕ ਪੋਲ ਰਾਹੀਂ ਹਵਾ ਬਾਹਰ ਆਉਂਦੀ ਹੈ ਤਾਂ ਉਸਨੂੰ ਨਾਸਿਕ ਧੁਨੀਆਂ ਕਿਹਾ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਦਾ ਖੰਡਨ ਨਹੀਂ ਕੀਤਾ, ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਦੈਟ ਇਜ਼ ਵਾਈ ਇਹਨਾਂ ਨੂੰ ਅਖੰਡੀ ਧੁਨੀਆਂ ਵਿੱਚ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਹਵਾ ਛਾਤੀ ਚੋਂ ਬਾਹਰ ਨਿਕਲਦੀ ਹੈ ਤਾਂ ਬਹੁਤ ਤੇਜ਼ ਦਬਾਅ ਨਾਲ ਨਿਕਲਦੀ ਹੈ ਜਾਂ ਘੱਟ ਦਬਾਅ ਨਾਲ ਨਿਕਲਦੀ ਹੈ, ਦਬਾਅ ਰਹਿਤ ਤੇ ਦਬਾਅ ਸਹੀ। ਸੋ ਇਹਨਾਂ ਨੂੰ ਇਹਨਾਂ ਸਵਰ ਵਿਅੰਜਨਾ ਜਾਂ ਅਰਧ ਵਿਅੰਜਨਾ ਤੋਂ ਬਿਨਾਂ ਨਾ ਪਿੱਚ ਨੂੰ, ਨਾ ਸੁਰ ਨੂੰ, ਨਾ ਨਾਸਿਕਤਾ ਨੂੰ, ਨਾ ਬਲ ਨੂੰ ਸਮਝਿਆ ਜਾ ਸਕਦਾ। ਤੇ ਸੁਰ ਅਸੀਂ ਐਗਜ਼ਾਮਪਲ ਲੈਂਦੇ ਹਾਂ ਸੁਰ ਨੂੰ ਸਮਝਣ ਦੀ,
इसते एग्जाम्पल सुर का मतलब की है पिच का शब्द पद्धर से सार्थक होना असी एग्जाम्पल ली है चा ओके इसनू लिखना किवें है इस तरह तिरछिया लाइना च इसका मतलब है ये धुनिया हैं आ और कोई होर साइन नहीं जो सुर का संकेतक हो जो ये उच्ची सुर बन गई च दे विच ए बन गया चा इन्हां नूं किदां धुनिया का खंडन करांगे च आ ये सेम है तिरछिया विच हज तक सेम है ना जो ये ए साइन है कि ये उच्ची सुर शामिल है याद रखना है नीवी पिच शामिल है सिर्फ इना याद रखो कि हाहा चा दे विच जो हाहा आया तो मैं उपर जान के लिखिया कि उच्ची सुर है बस पिच उसके बिल्कुल उल्ट होंगी है अच्छा दूसरी तरफ ए ए ए चा तो नीचे लिख रहा हाँ जो नीवी सुर की गल करनी असि इस कि लिखते हाँ च ते आ ए च तो बाद छो नीवी सुर ए ब्लैक साइन जो है सो ए बन गया चा हुण देखो कि च ते आ धुनिया सन साडे को असी सुर नूं उच्ची सुर नूं शामिल किया तो चा बन गया जिसका मतलब है पीण वाली चा ओ चा जिहड़ा सी उहदे अर्थ बिल्कुल बदल गए ओ चा बन गया इसे तरह च आ दे विच नीवी सुर पा दित्ती ते ओ बन गया चा इसलिए पंजाबी भाषा नूं सुरात्मक भाषा कहा जाता है सो सिर्फ चा दी एग्जाम्पल याद रखो मध्य विच लिखो चा आ धुनिया उपर हाहा लिख लो थले चा लिख लो बाकी ए साइन नूं याद रखो कि उपर लिखा है तो उच्ची सुर है थले लिखा है तो नीवी सुर है इस नाल तुसीं जे कोई अजिहा प्रश्न आता है तो उसनूं हल कर सकते हो सो ए असी गल कीती सी खंडी ते अखंडी धुनिया दी क्योंकि इन्हां ते अक्सर प्रश्न आ जांदे हन सो असी जिहड़ी चा वाली गल कीती है वह अखंडी धुनिया हन जिहड़ियां धुनिया इकलियां नहीं विचर सकदियां जिवें मैं ए नीवी सुर की गल की इस तरह साइन पाया सी उच्ची की गल की उच्ची ते की सी चा बस इना याद रखना है नीवी ते चा आप ही उहदे उल्टे याद आ ना थल विच दा चा है ही है सो ए जिहड़ी सुर है ए इकली नहीं विचर सकती इत्थे ना आएगा ना विचरन सक करके इनू अखंडी धुनिया कहा जाता है एग्जाम्पल साडे कोल स्पष्ट हो गई हैं भारती पंजाब विच बोलियां जाण वालियां मुख उपभाषावां दी गिनती की है जनरली सानू पता है कि अमृतसर वल गुरदासपुर वल माझी बोली जाती है ना ते दूसरी तरफ जिहड़ा दो दरियावां दे दो आब आब की हुंदा है आब दरिया दो आब दो दरियावां दे विचकार सतलुज ते ब्यास दे विचकार जो पैंदे हन जलंधर है हुशियारपुर है कपूरथला है इहनूं दुआबी कहा जाता है मलवई का इलाका काफी वड्डा है जिवें संगरूर है बरनाला है होर भी इहदे विच आ जांदे हन सिर्फ पुआधी एक अजिही भाषा जिहड़ी घट खेत्र च बोली जांदी है उसका मुख है रूपनगर जां रूपड़ सेंट्रल उहदा एरिया है सो साडे कोल चार उपभाषावां इह होईआं राइट आंसर ए हो गया अच्छा अगला क्वेश्चन ही वो आ गया देखो किसी ने बैठे बिठाए किसी मास्टर ने बैठे बिठाए किसी भी पुस्तक नूं पढ़न दी लोड़ नहीं समझी क्योंकि उसकी नॉलेज उच्ची सी उसने अपने पद्धर ते सारे नॉर्मल प्रश्न पाए हैं अमृतसर ते गुरदासपुर हुणे गल करके आया किस उपभाषाई खिते दे अंग हन हना पोठोहारी जिहड़ी है पाकिस्तान च है डोगरी पाकिस्तान च है मलवई का वह हमने इलाका दस के आए हाँ है ना ये माझी का हमने गल की है माझी साडी टकसाली भाषा सी राइट आंसर पंजाबी वाक बनतर की व्योंत केड़ी है ये सौखा क्वेश्चन है क्योंकि हमने एग्जाम्पल दे के आया है करता कर्म क्रिया औखे क्वेश्चन नहीं हैं पर इन्होंने की पाया हो देख लीजिए करता सब तो पहला आता है बिल्कुल करता आ गया जी करता आ गया करता करता कॉन्सटेंट है करता कर्म इतने क्रिया आ गई ये इंग्लिश विच है
इंग्लिश विच क्रिया आ गई ना पहला, ही प्लेज क्रिकेट, ओके, करता क्रिया क्रिकेट कर्म जो कीता उसने, ये फिर इंग्लिश वाला हो गया, इसमें क्रॉस कर देवांगे, कर्ता कर्म है, यस बिल्कुल ठीक है, कर्ता आ गया कर्म बिल्कुल ठीक है, क्रिया बिल्कुल हाँ, इतने मुख्य क्रिया भी लिखा जा सकता सी, अच्छा उस तो बाद सहायक क्रिया बिल्कुल ठीक है, तुसी सेंटेंस बना के देख सकते हो, राम ने इतने लिखते हाँ कितने लिखिए इतने लिख लेने राम चा चा उच्ची सुर चा पींदा है, सहायक क्रिया मुख क्रिया चा कर्म है राम करता है, ऐसी गल है, राइट आंसर मिल गया, अगला देखना है, करता कर्म सहायक क्रिया मुख क्रिया तो बिना गल नहीं आ सकती, इतने मुख क्रिया असि सारे का विश्लेषण इसलिए करते हैं कि सानू साडी जिहड़ी ज्ञान है और डूंगा हो जाए, अच्छा पता चल जाए, करता कर्म सहायक क्रिया पहला ला देती है कि इस तरह हो सकता है राम चाह है पींदा, ठीक है जनरली नहीं, तुसी जो कावात्मक भाषा च लिख रहे हो उल्ट पुलट कर सकते हो लेकिन व्याकरण च नहीं है, सो सही साडे कोल बी इज राइट आंसर। अगला प्रश्न है वाक दी बणतर दा हिस्सा होंदे हन नाम वाकांश ते क्रिया वाकांश, सिंपल उत्तर है इहदा, नाम वाकांश दे नाल क्रिया वाकांश आना है, अंग्रेजी विच इह सवाल पूछा जावे तां जो है नाउन फ्रेज और वर्ब फ्रेज, तो इत्थे है नाम वाकांश इहदे नाल उपवाक लिख दित्ता है इसलिए गलत है, नाम वाकांश ते अधीन उपवाक लिख दित्ता है, ये उपवाक दे हिस्से न अधीन उपवाक ते स्वाधीन ते पराधीन, ये भी गलत हो गया, नाम वाकांश ते क्रिया वाकांश सर्कल लगाया है बिल्कुल ठीक, विशेषण ते नाम वाकांश, सो पहला नाम वाकांश ते जमा हुंदा है क्रिया वाकांश, नाम वाकांश किसनों कहा जाता है वाक का ओ हिस्सा जिसका मुख शब्द जा जिस दा जेड़े कुछ शब्दां दा समूह होवे जेदे विच मुख शब्द नाम होवे, दूसरी तरफ नाम वाक दा ओ हिस्सा जेदे शब्दां समूह विच प्रमुख जेड़ा है क्रिया होवे, इस दी उदाहरण देखनी है देख सकते हां, ए साडे कोल वाकांश है वाक दे दो हिस्से, इत्थे उदाहरण लैके चलांगे नाम वाकांश ते क्रिया वाकांश, सो ए हिस्सा ओ सोहनी कुड़ी साडे शहर रहिंदी है, हुण ओ सोहनी कुड़ी साडे शहर पांच शब्द हन, इट मीन्स फ्रेज की हुई अंग्रेजी विच फ्रेज शब्दों का समूह है, वाकांश जदों शब्द आंदा है शब्दों का समूह तुहाडे सामने आना चाहिए, ये गल वक्री है कि कई बार सिर्फ एक शब्द भी वाकांश हो सकता है, इट मीन वाकांश की है जा एक शब्द जा एक तो वध शब्द, इथे आधार लई है एक तो वध शब्द, इन्हां शब्दां विच मुख जिहड़ा शब्द है वह नाम है, इथों तक ठीक, इसलिए इसनूं नाम वाकांश किया जाता है, और दूसरा हिस्सा जिहड़ा ए है इसका प्रमुख शब्द जिहड़ा प्रमुख क्रिया ही है वह उदे करके इस हिस्से नूं क्रिया वाकांश कहना है, इसे तरह कुड़ियां नूं जमदिया ही मार दिता जांदा है, हुण देखो दूजी उदाहरण की है मार दिता जांदा रहा है, पांच शब्द इत्थे आ गए, हुण इह शब्दां दा समूह की है फ्रेज है वाकांश है, जे वाकांश है तां किवें पता लगेगा नाम वाकांश है जे क्रिया वाकांश है, क्योंकि इहदे विच मार मुख क्रिया आ गई है, सो क्रिया दे पहचान दे आधार ते इना शब्दां दे समूह नूं क्रिया वाकांश कहा जांदा है। वापस चलते हैं, अच्छा गुरमुखी लिपि दी रचना किवें हुई,
ਜੇ ਗਿਆਨ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਵੀ ਅਸੀਂ ਦੇਖ ਸਕਦੇ ਹਾਂ ਕਿਉਂਕਿ ਇਸ ਦਾ ਇੱਕ ਇਸ ਦਾ ਜਿਹੜਾ ਸ਼ਾਬਦਿਕ ਅਰਥ ਹੈ ਉਹ ਗੁਰੂਆਂ ਦੇ ਮੁਖਾਂ ਵਿੱਚੋਂ ਨਿਕਲੀ ਪਰ ਗੁਰੂ ਸਾਹਿਬਾਨਾਂ ਨੇ ਗੁਰਮੁਖੀ ਦੀ ਵਰਤੋਂ ਕਰਕੇ ਗੁਰਮੁਖੀ ਨੂੰ ਬਹੁਤ ਉੱਚਾ ਚੁੱਕਿਆ ਹੈ, ਗੁਰਮੁਖੀ ਨੂੰ ਜਨਮ ਨਹੀਂ ਦਿੱਤਾ। ਸੋ ਜੇ ਏਦਾਂ ਦਾ ਕੋਈ ਵੀ ਡਿਸਟਰਕਟਰ ਆਉਂਦਾ ਹੈ ਕਿ ਕਿਸੇ ਗੁਰੂ ਸਾਹਿਬਾਨ ਨੇ ਇਹ ਸਲਿਪੀ ਨੂੰ ਜਨਮ ਦਿੱਤਾ ਹੈ ਤਾਂ ਉਹ ਗਲਤ ਹੋਏਗਾ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੁਆਰਾ ਇਹ ਗਲਤ ਹੋਏਗਾ। ਹੋਰ ਭਾਰਤੀ ਲਿਪੀਆਂ ਦੇ ਵਿਕਾਸ ਦੇ ਰੂਪ ਵਿੱਚ ਇਹ ਬਹੁਤ ਬਰੋਡ ਹੈ, ਕੋਈ ਵਿਸ਼ੇਸ਼ ਭਾਸ਼ਾ ਪਰਿਵਾਰ ਜਾਂ ਭਾਸ਼ਾ ਦੇ ਅਗਲੇ ਪੱਖਾਂ ਦੀ ਗੱਲ ਨਹੀਂ ਕੀਤੀ ਗਈ। ਇਸ ਨੂੰ ਵੀ ਹਜੇ ਕੁਸ਼ਚਨ ਮਾਰਕ 'ਚ ਰੱਖਦੇ ਹਾਂ। ਸ਼ਾਰਦਾ ਹੈ, ਬ੍ਰਾਹਮੀ ਹੈ ਲਿਪੀ ਦੇ ਅਗਲੇ ਪੜਾਅ ਵਿੱਚੋਂ, ਇਹ ਬਹੁਤ ਸਪੈਸੀਫਿਕ ਹੈ, ਹੁਣ ਤੱਕ ਦਾ ਬੈਸਟ ਆਂਸਰ ਹੈ। ਅੱਗੇ ਖਰੋਸ਼ਟੀ ਲਿਪੀ ਦੇ ਅਗਲੇ ਪੜਾਅ ਵਿੱਚੋਂ, ਇਹ ਦੋ ਸਹੀ ਉੱਤਰ ਦੇ ਸੰਕੇਤਕ ਹੋ ਸਕਦੇ ਹਨ, ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਪਰਿਵਾਰ ਦੇ ਵਿੱਚੋਂ ਅੱਗੇ ਕਿਹੜੀਆਂ ਲਿਪੀਆਂ ਹਨ ਜਿਹਨਾਂ ਦੇ ਵਿੱਚੋਂ ਸਾਡੀ ਗੁਰਮੁਖੀ ਲਿਪੀ ਨਿਕਲੀ ਹੈ। ਯਾਦ ਰੱਖਣਾ ਹੈ ਕਿ ਪੰਜਾਬ ਜਿਹੜਾ ਸਾਡਾ ਭਾਰਤ ਦਾ ਪੰਜਾਬ ਹੈ ਇਹਦੇ ਵਿੱਚ ਗੁਰਮੁਖੀ ਹੈ, ਪਾਕਿਸਤਾਨ ਦੇ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਪੰਜਾਬੀ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਇੱਕ ਚਾਰਟ ਵੇਖ ਲੈਂਦੇ ਹਾਂ, ਇਹ ਆ ਦੇਖੋ ਬ੍ਰਾਹਮੀ ਸ਼ਾਰਦਾ, ਠੀਕ, ਸ਼ਾਰਦਾ ਦੇ ਵਿੱਚੋਂ ਤਿੰਨ ਨਿਕਲੀਆਂ, ਲੰਡਾ ਮਹਾਜਨੀ ਟਾਕਰੀ ਔਰ ਲੰਡੇ ਤੋਂ ਪੰਜਾਬੀ ਔਰ ਸਿੰਧੀ। ਇਹ ਯਾਦ ਰੱਖਣਾ ਚਾਰਟ ਕਿਉਂ ਜ਼ਰੂਰੀ ਹੈ, ਕਿਉਂਕਿ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਬ੍ਰਾਹਮੀ ਤੋਂ ਸ਼ਾਰਦਾ ਨਿਕਲੀ ਜਾਂ ਸ਼ਾਰਦਾ ਤੋਂ ਬ੍ਰਾਹਮੀ, ਹੈ ਨਾ, ਜਾਂ ਲੰਡੇ ਵਿੱਚੋਂ ਸ਼ਾਰਦਾ ਨਿਕਲੀ। ਓਕੇ, ਸੋ ਬ੍ਰਾਹਮੀ ਚੋਂ ਸ਼ਾਰਦਾ, ਹੈ ਨਾ, ਯਾਦ ਰੱਖਣ ਦੇ ਤਰੀਕੇ ਐਸੋਸੀਏਟ ਕਰ ਸਕਦਾ। ਉੱਥੇ ਇੱਥੇ ਸਿਰਫ ਇਹ ਜਾਓ, ਬ੍ਰਹਮ ਉੱਤੇ ਹੁੰਦਾ ਹੈ ਨਾ, ਬ੍ਰਹਮ ਉੱਤੇ ਹੁੰਦਾ, ਬ੍ਰਹਮੀ ਉੱਪਰ ਹੋ ਗਈ, ਹੈ ਨਾ। ਸ਼ਾਰਦਾ ਜਿਹੜੀ ਹੈ ਕੋਈ ਔਰਤ ਹੈ ਮੰਨ ਲਓ, ਏਦਾਂ ਐਸੋਸੀਏਟ ਕਰ ਲਓ, ਵਿਜ਼ੂਅਲ ਕਰ ਲਓ, ਸ਼ਾਰਦਾ ਥੱਲੇ, ਠੀਕ ਹੈ, ਉਹਦੇ ਥੱਲੇ ਸਾਡੀ ਪੰਜਾਬੀ ਪਈ ਹੋਈ ਹੈ, ਇਹ ਉਹਨਾਂ ਵਿੱਚੋਂ ਨਿਕਲੀ ਹੈ। ਆਂਸਰ ਦੇਖਦੇ ਹਾਂ, ਸੋ ਸ਼ਾਰਦਾ ਤੇ ਬ੍ਰਹਮੀ, ਬ੍ਰਹਮੀ ਬ੍ਰਹਮਾ ਉੱਪਰ ਹੈ, ਸ਼ਾਰਦਾ ਬੇਟੀ ਪੰਜਾਬੀ ਅਗਲਾ ਰੂਪ ਉਸਦਾ। ਸੋ ਇਸਦਾ ਸੀ ਆਂਸਰ ਬਿਲਕੁਲ ਠੀਕ ਹੈ। ਕੁਸ਼ਚਨ ਇਹ ਬਾਰ ਬਾਰ ਆਉਂਦਾ ਹੈ, ਸਵਰ ਕਿੰਨੇ ਹਨ, ਪਿੱਛੇ ਦੱਸ ਆਇਆ ਹਾਂ, ਕੋਈ ਚਰਚਾ ਦੀ ਜ਼ਰੂਰਤ ਨਹੀਂ ਹੈ। ਸਵਰ ਵਾਹਕ ਕਿੰਨੇ ਨੇ, ਜਦੋਂ ਇਕੱਲਾ ਸਵਰ ਪਿੱਛਿਆ ਜਾਵੇ ਤਾਂ 10 ਸਵਰ ਨੇ, ਸਵਰ ਵਾਹਕ ਪੁੱਛੇ ਜਾਣ ਤਾਂ 3 ਹਨ, ਕਿਹੜੇ, ਊੜਾ ਐੜਾ ਈ, ਊੜਾ ਐੜਾ ਈ, ਠੀਕ, ਕਿਉਂਕਿ ਸਵਰ ਮਾਤਰਾਵਾਂ ਜਿਹੜੀਆਂ ਹਨ ਇਹਨਾਂ ਤੇ ਚੜ੍ਹ ਕੇ ਸਵਾਰੀ ਕਰਕੇ ਚੱਲਦੀਆਂ ਹਨ, ਐੜੇ ਤੇ ਸਵਾਰੀ ਕਰਦੀਆਂ ਹਨ, ਕੁਝ ਇੱਥੇ ਸਵਾਰੀ ਕਰਦੀਆਂ ਹਨ, ਇਸ ਲਈ ਵਾਹਕ ਨੇ, 3 ਵਾਹਕ ਨੇ, 3 ਵਾਹਨ ਨੇ, ਵਾਹੀਕਲ ਹਨ। ਪੰਜਾਬੀ ਵਿੱਚ ਸਵਰਾਂ ਦੀ ਗਿਣਤੀ ਕਿੰਨੀ ਹੈ, ਹੁਣੇ ਗੱਲ ਕਰਕੇ ਆਏ ਹਾਂ, ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। 10 ਦੀ ਰਾਈਟ ਆਂਸਰ। ਮਲਵਈ ਅਤੇ ਪੁਆਧੀ ਵਿੱਚ ਕਿਹੜੀਆਂ ਨਾਸਿਕ ਧੁਨੀਆਂ ਨਹੀਂ ਹਨ, ਹਾਂ ਇਹ ਥੋੜਾ ਔਖਾ ਕੁਸ਼ਚਨ ਹੈ। ਪੁਆਧੀ ਭਾਸ਼ਾ ਹੁਣੇ ਗੱਲ ਕਰਕੇ ਆਏ ਹਾਂ, ਰੂਪਨਗਰ ਜਾਂ ਰੋਪੜ ਦੇ ਦਾ ਇਲਾਕਾ ਜਿਹੜਾ ਮੇਨ ਹੈ ਉਸਦਾ, ਓਕੇ, ਤੋ ਉਹਦੇ ਵਿੱਚ ਇਹ ਦੋ ਧੁਨੀਆਂ, ਬੀ ਇਜ਼ ਰਾਈਟ ਆਂਸਰ। ਮਲਵਈ ਉਪਭਾਸ਼ਾਈ ਖੇਤਰ ਦਾ ਹਿੱਸਾ ਕਿਹੜਾ ਹੈ, ਪੇਪਰ ਕਾਫੀ ਆਸਾਨ ਹੈ ਇੱਥੋਂ ਤੱਕ। ਅੰਮ੍ਰਿਤਸਰ ਤੇ ਗੁਰਦਾਸਪੁਰ ਮਾਝੀ ਹੋ ਗਿਆ ਜੀ, ਕਿ ਜਲੰਧਰ ਤੇ ਹੁਸ਼ਿਆਰਪੁਰ ਦੋ ਆਬ ਦੇ ਵਿਚਕਾਰ ਆ ਰਿਹਾ ਹੈ, ਦੋ ਆਬ ਦੋ ਦਰਿਆਵਾਂ ਸਤਲੁਜ ਤੇ ਬਿਆਸ ਦੇ ਵਿਚਕਾਰ, ਦੋ ਆਬ ਦੁਆਬੀ। ਮੁਕਤਸਰ ਤੇ ਬਠਿੰਡਾ ਮੇਨ ਜਿਹੜੇ ਨੇ ਖੇਤਰ ਹੈ ਇਹਨਾਂ ਦਾ ਮਲਵਈ, ਤੇ ਪਟਿਆਲਾ ਤੇ ਰੋਪੜ, ਆ ਦੇਖੋ ਰੋਪੜ ਪੁਆਧੀ। ਸੋ ਰਾਈਟ ਆਂਸਰ ਇੱਥੇ ਮਲਵਈ ਹੈ, ਸੋ ਸੀ ਇਜ਼ ਰਾਈਟ ਆਂਸਰ। ਟਿਕ ਕਰਨਾ, ਕਈ ਵਾਰ ਆਖਦੇ ਹਨ ਕਿ ਸਰ ਤੁਸੀਂ ਟਿਕ ਨਹੀਂ ਕੀਤਾ, ਮੁਕਤਸਰ ਤੇ ਬਠਿੰਡਾ ਰਾਈਟ ਆਂਸਰ। ਕਪੂਰਥਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਉਪਭਾਸ਼ਾ ਕਿਹੜੀ ਬੋਲੀ ਜਾਂਦੀ ਹੈ, ਕਪੂਰਥਲਾ ਸਤਲੁਜ ਤੇ ਉਹਦੇ ਵਿਚਕਾਰ ਹੈ, ਇਸ ਲਈ ਜੇ ਹੋਰ ਤਰ੍ਹਾਂ ਵੀ ਲੱਭਣਾ ਹੈ ਤਾਂ ਸੌਖਾ ਹੈ, ਝਾਂਗੀ ਸਾਡੇ ਚ ਨਹੀਂ ਹੈ, ਬਾਂਗਰੂ ਵੀ ਸਾਡੇ ਚ ਨਹੀਂ ਹੈ, ਹਨਾ, ਮਲਵਈ ਅਸੀਂ ਜਾਣਦੇ ਉੱਧਰ ਹਾਂ, ਦੋ ਆਬ ਦੇ ਵਿਚਕਾਰ ਹੈ ਇਹ ਦੋਨੇ, ਨਵਾਂ ਸ਼ਹਿਰ ਤੇ ਕਪੂਰਥਲਾ, ਸੋ ਦੁਆਬੀ ਬੋਲੀ ਜਾਂਦੀ ਹੈ। ਪੈਰਾ ਛੋਟਾ ਹੈ ਪਰ ਮੈਂ ਇਹ ਦੱਸਦਾ ਹਾਂ ਕਿ ਜਦੋਂ ਕਿ ਤੁਹਾਡੇ ਕੋਲ ਸਮਾਂ ਘੱਟ ਹੋਵੇ ਤਾਂ ਤੁਸੀਂ ਪੈਰੇ ਨੂੰ ਪੜ੍ਹੇ ਤੋਂ ਬਿਨਾਂ, ਕਈ ਵਾਰ ਕਿਉਂਕਿ ਪੈਰਾ ਗਿਆਨ ਆਧਾਰਿਤ ਹੁੰਦਾ ਹੈ, ਨੌਲੇਜ ਆਧਾਰਿਤ ਹੁੰਦਾ ਹੈ, ਐਕਸਪੀਰੀਅੰਸ ਆਧਾਰਿਤ ਹੁੰਦਾ ਹੈ, ਕੰਟੈਕਸਚੁਅਲ ਨਹੀਂ ਹੁੰਦਾ, ਸੰਦਰਭੀ ਨਹੀਂ ਹੁੰਦਾ, ਜਦੋਂ ਸੰਦਰਭੀ ਹੈ ਤਾਂ ਪੜ੍ਹਨਾ ਪਏਗਾ, ਜੇ ਉਸ ਤੋਂ ਬਿਨਾਂ ਹੈ। ਪਹਿਲਾਂ ਕੁਸ਼ਚਨ ਪੜ੍ਹਨੇ ਹੀ ਪੜ੍ਹਨੇ ਹਨ, ਹੋ ਸਕਦਾ ਹੈ ਪੜ੍ਹਦੇ ਹੋਏ ਵੀ ਸਾਨੂੰ ਤੁਹਾਨੂੰ ਉੱਤਰ ਆ ਜਾਣ, ਦੇਖਦੇ ਹਾਂ ਕਿ ਸਾਨੂੰ ਉੱਤਰ ਉਸੇ ਤਰ੍ਹਾਂ ਲੱਭ ਜਾਂਦੇ ਹਨ, ਫਿਰ ਪੈੜਾ ਪੜ੍ਹ ਕੇ ਵੀ ਉਸ ਤੋਂ ਬਾਅਦ ਕਰਾਂਗੇ। ਪਹਿਲਾ ਪ੍ਰਸ਼ਨ ਹੈ ਇਸ ਪੈੜੇ ਦਾ, ਅੱਛਾ ਵੀ ਬੋਲੀ ਤੇ ਹੀ ਹੈ, ਬੋਲੀ ਦਾ ਦੂਜੀ ਉੱਪਰ, ਦੂਜੀ ਬੋਲੀ ਉੱਪਰ ਪ੍ਰਭਾਵ ਕਿਸ ਤਰ੍ਹਾਂ ਪੈਂਦਾ ਹੈ।
शब्दावली की वरतों से साहित्यिक मर्यादा के प्रयोग न साहित्यिक मर्यादा की होंगी है इसमें थोड़ा जा छोटा कर लीए साहित्यिक मर्यादा है कि तुसी जिवें अभिधा लक्षणा व्यंजना ना शब्द शक्तियां होंदियां हन वैसे लक्षणा शक्ति जिहड़ी है साहित्य विच वरती जांदी है सो वो शब्द शब्दां दी जिहड़ियां शक्तियां हन जिहड़ी तीजी शक्ति है मैं अगे चल के विस्तार नाल दसांगा जां दूसरा वीडियो बना लांगा तीन शक्तियां हन तो तीन शक्ति तीजी जिहड़ी शक्ति है वो साहित्य विच ਵੱਧ ਤੋਂ ਵੱਧ ਪ੍ਰਯੋਗ ਹੁੰਦੀ ਹੈ ਉਹਦੇ ਕੰਪਰੀਹੈਂਸਿਵ ਮੀਨਿੰਗ ਹੁੰਦੇ ਆ ਕੋਈ ਇੱਕ ਕਵਿਤਾ ਲਿਖੀ ਜਾਂਦੀ ਹੈ ਉਸ ਵਿੱਚ ਇੱਕ ਹਿਡਨ ਜਾਂ ਬੜੇ ਡੂੰਘੇ ਅਰਥ ਹੁੰਦੇ ਹਨ ਉਸ ਕੋਈ ਕੋਈ ਪਹਿਚਾਣ ਬਣਦਾ ਹੈ ਦੈਟ ਇਜ਼ ਵਾਈ ਜੋ ਸਾਹਿਤ ਪੜ੍ਹਨ ਜਾਂ ਲਿਖਣ ਵਾਲੇ ਹੈ ਕਿਹਾ ਜਾਂਦਾ ਅੱਛੇ ਇਨਸਾਨ ਹੁੰਦੇ ਹਨ ਸੋ ਸ਼ਬਦਾਵਲੀ ਦੀ ਵਰਤੋਂ ਨਾਲ ਵੀ ਇੱਕ ਤੇ ਦੂਜੀ ਭਾਸ਼ਾ ਦਾ ਫਰਕ ਪੈਂਦਾ ਹੈ ਦੂਸਰਾ ਹੈ ਜਿਵੇਂ ਅੰਗਰੇਜ਼ੀ ਸਾਡੇ ਪੰਜਾਬੀ ਵਿੱਚ ਕਈ ਵਰਤੋਂ ਕਰਕੇ ਹੀ ਇੰਨੇ ਸ਼ਬਦ ਆ ਚੁੱਕੇ ਹਨ ਕਿਹੜਾ ਉਹਨਾਂ ਦਾ ਸਿੱਧੂ ਮੂਸੇਵਾਲ ਜੀ ਦਾ ਗਾਣਾ ਜਿਹੜਾ ਸਭ ਤੋਂ ਜ਼ਿਆਦਾ ਲੋਕਾਂ ਨੇ ਮਨ ਪਾਇਆ ਹੈ ਚੱਲਦਾ ਹੁੰਦਾ ਹੈ ਇੱਥੇ ਗੱਲ ਚੱਲ ਰਹੀ ਹੈ ਭਾਸ਼ਾ ਵਿਸ਼ਲੇਸ਼ਣ ਦੀ ਕਿ ਦੂਸਰੀ ਭਾਸ਼ਾ ਦਾ ਇਹ ਇੱਕ ਭਾਸ਼ਾ ਤੇ ਕਿਵੇਂ ਪ੍ਰਭਾਵ ਪੈਂਦਾ ਹੈ ਕੀ ਸ਼ਬਦਾਵਲੀ ਦੀ ਵਰਤੋਂ ਦਾ ਸਾਹਿਤਿਕ ਮਰਿਆਦਾ ਇਹ ਬੜੀ ਅੱਛੀ ਐਗਜ਼ਾਮਪਲ ਹੈ ਲਿਰਿਕ ਹੈ ਸਿੱਧੂ ਮੂਸੇਵਾਲ ਜੀ ਦਾ ਜੋ ਗਾਣਾ ਇੰਨਾ ਪਾਪੂਲਰ ਹੋਇਆ ਹੈ ਇੱਕ ਸਾਹਿਤ ਦੀ ਐਗਜ਼ਾਮਪਲ ਹੈ ਸਾਹਿਤ ਕੀ ਹੁੰਦਾ ਹੈ ਜੋ ਸੱਚ ਬੋਲਦਾ ਹੈ ਸੱਚ ਬੋਲਿਆ ਗਿਆ ਹੈ ਔਰ ਤਿੱਖਾ ਵੀ ਕਿਸੇ ਵੇਲੇ ਚੋਭ ਵੀ ਦਿੰਦਾ ਹੈ ਚੋਭ ਫਿਰ ਮੋਟੀਵੇਟ ਕਰਦੀ ਹੈ ਇਸ ਗੀਤ ਨੇ ਯੂਥ ਨੂੰ ਮੋਟੀਵੇਟ ਕੀਤਾ ਕਿਸ ਲਈ ਕਿ ਸੱਚ ਲਈ ਲੜਿਆ ਜਾਵੇ ਕੁਛ ਸੱਚ ਨੂੰ ਸਮਝਿਆ ਜਾਵੇ ਇਹ ਐਵੇਂ ਹੀ ਵਹਾਅ ਦੇ ਵਿੱਚ ਜ਼ਿੰਦਗੀ ਨਾ ਗੁਜ਼ਾਰੀ ਜਾਵੇ ਸੋ ਸਾਹਿਤਿਕ ਵੀ ਸ਼ਬਦਾਵਲੀ ਦੀ ਦੋਨਾਂ ਦੀ ਅੱਛੀ ਐਗਜ਼ਾਮਪਲ ਹੈ ਫੋਰ ਐਗਜ਼ਾਮਪਲ ਮੈਂ ਸਾਰਾ ਗੀਤ ਨਹੀਂ ਪੜਾਂਗਾ ਤੁਸੀਂ ਹਜ਼ਾਰ ਵਾਰ ਸੁਣ ਚੁੱਕੇ ਹੋ ਇਸ ਸਭ ਨੂੰ ਪਤਾ ਹੈ ਦਸ ਪੁੱਤ ਤੇਰਾ ਹੈਡ ਡਾਊਨ ਹਾਈ ਰੇਟ ਕੰਟਰੋਵਰਸੀ ਕ੍ਰੀਏਟ ਡਿਬੇਟ ਹੇਟ ਕ੍ਰੀਏਟ ਡਿਬੇਟ ਅਜਿਹੇ ਅੰਗਰੇਜ਼ੀ ਦੇ ਕਈ ਸ਼ਬਦ ਹਨ ਸੋ ਉਹ ਇਹ ਗੱਲ ਕਲੀਅਰ ਹੈ ਕਿ ਸ਼ਬਦਾਵਲੀ ਦੇ ਪ੍ਰਯੋਗ ਨਾਲ ਦੂਜੀ ਭਾਸ਼ਾ ਤੇ ਪ੍ਰਭਾਵ ਪੈਂਦਾ ਹੈ ਤੇ ਇੰਨਾ ਪ੍ਰਭਾਵ ਪੈ ਚੁੱਕਾ ਹੈ ਕਿ ਅੱਜ ਅਸੀਂ ਅੰਗਰੇਜ਼ੀ ਦੇ ਇਹਨਾਂ ਸ਼ਬਦਾਂ ਨੂੰ ਬਿਲਕੁਲ ਆਪਣੇ ਸਮਝ ਕੇ ਹੀ ਵਰਤ ਰਹੇ ਹਾਂ ਔਰ ਆਪਣੇ ਦਿਲ ਦੀਆਂ ਗੱਲਾਂ ਜਾਂ ਦਿਲ ਦਾ ਦੁੱਖ ਜਾਂ ਪੰਜਾਬ ਦਾ ਦੁੱਖ ਜਾਂ ਆਪਣੇ ਸੱਭਿਆਚਾਰ ਦਾ ਦੁੱਖ ਧਰਮ ਦਾ ਦੁੱਖ ਆਪਣੇ ਪੰਨ ਦਾ ਦੁੱਖ ਕਿੱਦਾਂ ਗੀਤਾਂ ਵਿੱਚ ਦੱਸ ਰਹੇ ਹਾਂ ਸ਼ਬਦਾਵਲੀ ਦੀ ਵਰਤੋਂ ਤੇ ਸਾਹਿਤਿਕ ਭਾਸ਼ਾ ਦੀ ਮਰਿਆਦਾ ਜਾਂ ਪ੍ਰਯੋਗ ਬਿਲਕੁਲ ਠੀਕ ਹੈ ਹੋ ਸਕਦਾ ਕਿ ਅੱਗੇ ਬੈਟਰ ਆਪਸ਼ਨ ਹੋਏ ਭਾਸ਼ਾ ਦਾ ਯੋਗ ਵਰਤੋਂ ਅਤੇ ਸਾਹਿਤ ਦੀ ਅਮੀਰੀ ਲਈ ਸਾਹਿਤ ਨੂੰ ਅਮੀਰ ਕਰਨਾ ਸਿਰਫ ਭਾਸ਼ਾ ਦਾ ਪ੍ਰਯੋਗ ਇਹ ਬਿਲਕੁਲ ਗਲਤ ਹੈ ਅਸੀਂ ਭਾਸ਼ਾ ਅਮੀਰ ਹੁੰਦੀ ਹੈ ਹੌਲੀ ਹੌਲੀ ਹੁੰਦੀ ਹੈ ਦੂਸਰੀਆਂ ਭਾਸ਼ਾਵਾਂ ਤੋਂ ਸ਼ਬਦਾਵਲੀ ਜਾਂ ਸੱਭਿਆਚਾਰਕ ਕਈ ਚੀਜ਼ਾਂ ਲੈ ਕੇ ਭਾਸ਼ਾ ਅਮੀਰ ਹੁੰਦੀ ਹੈ ਲੇਕਿਨ ਇੱਕ ਬੋਲੀ ਦਾ ਦੂਜੀ ਬੋਲੀ ਤੇ ਪ੍ਰਭਾਵ ਸਿਰਫ ਅਮੀਰੀ ਲਈ ਕੀਤਾ ਜਾਂਦਾ ਹੈ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਮਿਲ ਕੇ ਜੀ ਸਾਡੀ ਭਾਸ਼ਾ ਨੂੰ ਅਮੀਰ ਕਰਨਾ ਹੈ ਇਸ ਲਈ ਅਸੀਂ ਅੰਗਰੇਜ਼ੀ ਦੇ ਸ਼ਬਦ ਲਵਾਂਗੇ ਇਸ ਤਰ੍ਹਾਂ ਨਹੀਂ ਹੈ ਭਾਸ਼ਾ ਦੀ ਸ਼ਬਦਾਵਲੀ ਬਿਲਕੁਲ ਠੀਕ ਹੈ ਵਿਚਾਰਾਂ ਦੇ ਸੰਚਾਰ ਦੀ ਸਪਸ਼ਟਤਾ ਲਈ ਅਸੀਂ ਸਪਸ਼ਟਤਾ ਲਈ ਨਹੀਂ ਕਰ ਰਹੇ ਅਸੀਂ ਤਾਂ ਵਿਆਪਕ ਗੱਲ ਇਹ ਹੈ ਹੋ ਸਕਦਾ ਹੈ ਪੈਰੇ ਵਿੱਚ ਕੋਈ ਹੋਰ ਗੱਲ ਹੋਵੇ ਭਿੰਨ ਭਿੰਨ ਭਾਸ਼ਾਵਾਂ ਨੂੰ ਸਿੱਖਣ ਸਾਹਿਤ ਨੂੰ ਸਮਝਣ ਲਈ ਭਿੰਨ ਭਿੰਨ ਭਾਸ਼ਾਵਾਂ ਨੂੰ ਸਿੱਖਣ ਲਈ ਨਹੀਂ ਜ਼ਿਆਦਾ ਆਮ ਲੋਕ ਜਿਹੜੇ ਹੈ ਉਹ ਭਿੰਨ ਭਾਸ਼ਾਵਾਂ ਨੂੰ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਉਹਨਾਂ ਨੇ ਤਾਂ ਸਿਰਫ ਭਾਸ਼ਾ ਆਪਣੇ ਰੋਜ਼ ਦੇ ਕੰਮ ਕਰਨ ਲਈ ਸਿੱਖਣੀ ਹੈ ਹਾਂ ਤੁਸੀਂ ਫੋਰਨ ਜਾਣਾ ਹੈ ਤੁਸੀਂ ਕਿਸੇ ਹੋਰ ਕੰਟਰੀ ਜਾਣਾ ਹੈ ਤੁਸੀਂ ਨੈਚੁਰਲੀ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਦੇ ਹੋ ਕੁਝ ਲੋਕ ਹੁੰਦੇ ਨੇ ਸੋ ਇਹ ਵੀ ਗਲਤ ਹੁੰਦਾ ਹੈ ਇਹ ਵੀ ਵੀਕ ਹੈ ਸੋ ਪਹਿਲਾ ਆਂਸਰ ਸਹੀ ਹੋਏਗਾ ਬਿਨਾਂ ਪੈਰਾ ਪੜੇ ਅਸੀਂ ਰਾਈਟ ਆਂਸਰ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਦੇਖਦੇ ਹਾਂ ਕਿ ਸਹੀ ਹੈ ਜਾਂ ਗਲਤ ਸ਼ਬਦਾਵਲੀ ਦੇ ਪੱਧਰ ਉੱਤੇ ਪੰਜਾਬੀ ਉੱਪਰ ਕਿਸ ਭਾਸ਼ਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਜੋ ਇਸਲਾਮ ਹੈ ਜਾਂ ਮੁਸਲਮਾਨ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਪੰਜਾਬੀ ਸਾਡੀ ਭਾਸ਼ਾ ਹੈ ਪਾਕਿਸਤਾਨ ਵਿੱਚ ਅੱਜ ਵੀ ਪੰਜਾਬੀ ਭਾਰਤੀ ਪੰਜਾਬੀ ਨਾਲੋਂ ਵੱਧ ਬੋਲਣ ਵਾਲੇ ਸ਼ਖਸ ਮਿਲਦੇ ਹਨ ਸੋ ਇੱਕ ਡਾਟੇ ਅਨੁਸਾਰ 10% ਪੰਜਾਬੀ ਦੇ ਸ਼ਬਦ ਅਰਬੀ ਫਾਰਸੀ ਦੇ ਹਨ ਸੋ ਸੀ ਸਹੀ ਉੱਤਰ ਹੋਏਗਾ ਪੈਰੇ ਵਿੱਚ ਦੇਖਦੇ ਹਾਂ ਅੰਗਰੇਜ਼ੀ ਤੇ ਹੋਰ ਪੱਛਮੀ ਬੋਲੀਆਂ ਦਾ ਪ੍ਰਭਾਵ ਕਿਸ ਤਰ੍ਹਾਂ ਪਿਆ ਭਾਸ਼ਾ ਦਾ ਪ੍ਰਯੋਗ ਨਰੋਏ ਸਾਹਿਤ ਰਾਹੀਂ ਵਿਗਿਆਨ ਤੇ ਪੱਛਮੀ ਜੀਵਨ ਦੀ ਵਿਧੀ ਰਾਹੀਂ ਦਰਸ਼ਨ ਅਤੇ ਪੱਛਮੀ ਜੀਵਨ ਦੇ ਰਾਹੀਂ ਅੰਗਰੇਜ਼ੀ ਤੇ ਹੋਰ ਪੱਛਮੀ ਬੋਲੀਆਂ ਦਾ ਅੱਛਾ ਇਹ ਤੇ ਇਸ ਤਰ੍ਹਾਂ ਹੈ
अंग्रेजी उत्ते होर पछमी बोलियां दा प्रभाव किस तरह पिया? ए ज्ञान मेरे को नहीं है, पैरा पढ़ना पड़ेगा, क्वेश्चन मार्क एदा ही रहेगा। अंग्रेजी भाषा ते साहित्य दे प्रभाव ने पंजाबी विच केड़ी तब्दीली लियांदी? अंग्रेजी भाषा दा जो प्रभाव साडे ते पिया, शायद तुहानू इह जानकारी होवे कि जदों अंग्रेज लोग इत्थे आए सन ते ओह चाहुंदे सन सानू वध तों वध गुलाम करना। गुलाम कौन लई? उहनां को करन लई उहनां को बेसिक नियम सी, रूल सी, प्रिंसीपल सी। ओह की सी? के इत्थे दे साहित्य ते भाषा ते ते सभ्याचार ते कब्जा कीता जावे, धर्म ते कब्जा कीता जावे। चार शब्द बोल दिते ने मैं। उन्होंने की कीता सी कि पंजाब दे संदर्भ विच गल करांगे कि जिवें पहली प्रेस लुधियाने विच लगी ते उन्होंने अपना लिटरेचर, अपना साहित्य, अंग्रेजी का साहित्य पंजाबी भाषा विच ट्रांसलेट किया, उलथा किया ते सानू मुफ्त विच वंडना शुरू कर दिता। हुण कुदरती है कि उन्होंने साहित्य है उन्होंने धर्म की गल करेगा, उन्होंने सभ्याचार की गल करेगा, उन्होंने शब्दावली की गल करेगा, उन्होंने दुख सुख की गल करेगा ते हौली हौली साडे ते उहदा प्रभाव पैना शुरू हो गया। थोड़े धर्म परिवर्तन के संकेत जां अंग्रेजी विच रहा ओह वाले सभ्याचार प्रति रुझान नैचुरली है कि जो दूसरे नूं इन्ना रुझान देवोगे तुसीं अपने सभ्याचार ते भाषा नालों टुट जाओगे। ये एक तरह का प्रचार भी सी, पर हार भी सी ते विस्तार भी सी। किस चीज का? धर्म का, भाषा का, साहित्य का, सभ्याचार का। तो ये विचार जिहड़े इत्थे दे लोग सन उन्हां दे रिएक्शन विच भी फिर साहित्य लिखना शुरू किया। सो ये विकास का एक उपड़ा सी, लेकिन हजे तक असी ये नहीं समझा कि वह साहित्य जिहड़ा पहरा है किस बारे है। पंजाबी साहित्य विच रचनावां वधियां, हाँ पॉसिबल है, इसनूं थोड़ा जिहा राइट आंसर मन्निया जा। पंजाबी कविता वधेरे रची जाण लगी, एक रूप कदे नहीं मन्या जा सकता। पंजाबी विच नवी वार्तक शैली विकसित हुई, हाँ ये गल सही है। वार्तक शैली देखते हाँ हुण तक दे ज्ञान दे अनुसार ये दो आंसर सही लगते हैं मैनूं। पंजाबी विच नवे मुहावरे प्रचलित हुए, अंग्रेजी भाषा दे नाल मुहावरे प्रचलित होंगे नहीं। मुहावरे तो उस सभ्याचार की उपज होंगे, उस सभ्याचार दे जिंदगी दे संदर्भ दे सिचुएशन दे दुख सुख दे विचों है ना, जिहड़े निचोड़ कोई अनुभवी लोग कढ लैंदे हन उहनूं शब्दिक कोई ना कोई रूप दे दिंदे हन, मुहावरे बन जाते हैं नहीं। सो ये दो राइट आंसर जे बिना पैरा पढ़े तुसीं लाउणा है, इन्हां दोनों विचों एक चुन सकते हो, अदरवाइज तुहानूं पैरा पढ़ना पवेगा। अगे चलते हाँ, पंजाबी वार्तक की केड़ी रुचि पछमी भाषावां दे प्रभाव नाल विकसित हुई है? जैसे पंजाबी जिहड़ी मैं हुणी गल करके आया, पंजाबी वार्तक की केड़ी रुचि पछमी भाषावां दे प्रभाव नाल विकसित हुई है? जिहड़ी पंजाबी एक फर्क सी, असीं जदों लिखदे सी वार्तक साडी सी, साड़ी वार्तक विच धार्मिक ता बहुत ज्यादा सी और श्रद्धा बहुत ज्यादा सी, श्रद्धा दे विच लिखी जांदी सी। साड़े कोल साखियां हन, टीके है, गोष्टियां हन, इस तरह के होर कई साहित्य रूप हन जिहड़े काफी विस्थार विच लिखे जांदे सन और उहनां दी भाषा भी काफी डिफिकल्ट हुंदी सी। ते इत्थे जिवें है सरलता शब्द आया है कि पंजाबी विच वार्तक जिहड़ी है सरल होने शुरू हो गई। हाँ अंग्रेजा ने जिहड़ी अपना साहित्य वंडिया सी, उन्हां दे साहित्य रूप साढ़े बहुत वड्डे वड्डे हुंदे सी, उन्हां दे छोटे हुंदे सी, साढ़े बड़े कंपलैक्स हुंदे सी, उन्हां दे सिंपल हुंदे सी। जदों उन्हां ने लिटरेचर वंडिया हौली हौली साहित्यकारां ने भी ते भी प्रभाव पिया, क्योंकि असीं कम्युनिकेट करना सी, नहीं तां उन्हां दे साहित्य ने डोमीनेट कर जाना सी। ये मनन योग है कि हो सकदा है कि साढ़े पंजाबी वार्तक दे विच सरलता आ गई होवे। वार्तक उदों आउंदी है जदों विज्ञानिकता, विज्ञानिक दृष्टिकोण, क्रिटिक थिंकिंग जिहड़ी है वह डोमीनेट करन लगती है भावना नालों। स्पष्टता ते संजम आदि गुण प्रचलित हुए, ये पॉसिबल है, पहला आंसर ठीक होएगा, ये मन सकते हैं। छोटा टिक लगाने हाँ, छोटा टिक लगा लिया। पंजाबी वार्तक विच धर्म प्रधान विषय प्रचलित हुए, नहीं धर्म प्रधान विषय तो पहले तो ही प्रचलित सन साढ़े को है ना। साखियां दी एग्जाम्पल साढ़े को है, जन्म साखियां, साखियां, गोष्ठियां, टीके अगे एग्जाम्पल देके आया हाँ। पंजाबी वार्तक विच भाषा ज्यादा मुहावरेदार हो गई, उन्होंने करके मुहावरेदार होनी है। देखो तुसी ए डिस्ट्रक्टर इन्ने पोर हन कि बिना पैरा पढ़े स्पष्ट दिखाई दे रहा है कि यह नहीं हो सकता। पंजाबी वार्तक वधेरे लोकप्रिय हुई, हाँ ए पॉसिबिलिटी है, इसमें थोड़ा जा राइट आंसर मन्या जा सकता, डाउट है, बाकी पहले तो पढ़ना पड़ेगा। जेकर तुहानू बिना पहले तो पढ़ना है इन्हां दोनों चो ए ते डी चो एक चुनिया जावे ते
अच्छा किसी बोली का प्रभाव दूजी बोली से दो तरीके नाल पैंदा है, पहला उस बोली की शब्दावली हो गया, दूजा दूजी बोली की वरतों अते वापसी लैन देन दे नाल, अते दूसरा साहित रचनावां रचना ते साहित्यक मर्यादा दे प्रभाव नाल। वो आंसर ठीक हो गया जोड़ा पहले वाला सी, साहित्यक मर्यादा ते शब्दावली दा, जिथे मैं सिद्धे मूसेवाल जी की एग्जाम्पल दे के आया हाँ। जां साहित्यक समग्री ग्रहण करना, पहला बिल्कुल क्लियर है। पहली किस्म दे प्रभाव की उत्तम मिसाल पंजाबी ते फारसी दा असर पिया। पंजाबी विच घट्टो घट 10% सॉरी मैं पैरा पढ़े बिना ही ये उत्तर दिता ही, 10% शब्द अरबी फारसी दे मिलते हैं, इट मीन सब तो वर्ग प्रभाव उदा पिया। वो आंसर भी साडा बिल्कुल ठीक है। अंग्रेजी ते होर पछमी बोलियां दा पंजाबी ते जो प्रभाव पिया वो इन्हां बोलियां दा नरुआ साहित हो सकता है। इन्हां बोलियां दी विशाल साहित्यक समग्री, मतलब के अरबी फारसी अंग्रेजी इन्हां दी विशाल साहित्यक समग्री ने पंजाबी नूं अपने प्रभाव दे लिया। पंजाबी विच आरंभक समय वार्तक साहित्य बहुत घट सी, ये नोट करन योग है। ठीक, वार्तक सब तो पहला घट सी, जिहड़ी वार्तक मिलदी सी ओह धार्मिक मिलदी सी, ओह गल करन आ, ते जिहड़ा सी ओह विच बोलचाल दी बोली दा मुहावरा सी, उसका कोई रूप नहीं सी। इट मीनस अच्छा उसका कोई रूप नहीं सी बज्जा अते ना ही वह व्याकरणक दे सिद्धांतां ते पूरी उतरदी सी। एक गल याद रखनी चाहिए है, अंडरलाइन कर लेनी चाहिए है कि साडी वार्तक साहित्य विच पंजाबी दे वार्तक साहित्य विच बहुत कमियां सन। कमियां दे विच नंबर एक बोलचाल वाली मुहावरेदार भाषा सी, मुहावरेदार भाषा गुंजलदार बना दिंदी है। दूसरा वह कोई रूप नहीं सी, ठीक ये रूप अंग्रेजी तो मिले हो सकते हैं, जां उतो जिवें छोटे छोटे रूप है उन्हां तो आए ने, उन्हां दी गल अगे जाके करदे हां। व्याकरणक सिद्धांतां ते पूरी नहीं सी, तो तीन वड्डियां कमियां जिहड़ियां इहदे विच सन। कोई पक्की शैली भी नहीं सी, चौथी शैली भी पक्की नहीं सी। इस वार्तक विच सरलता संयम ते स्पष्टता नहीं सी। इस वार्तक विच एक क्वेश्चन पूछा गया है, सरलता संयमता ते स्पष्टता नहीं सी। उन्होंने पहला वो कमियां चार गिना दित्तियां, फिर पैरे विच वो चार तीन शब्दों के राही उसका निचोड़ दे दिता। ये रीडिंग कॉम्प्रीहेंशन विच जरूरी है समझना, नहीं सी बच्ची। इस वार्तक विच सरलता समझा ते स्पष्टता नहीं सी। पंजाबी वार्तक शैली विच पक्याई भी अंग्रेजी के प्रभाव अधीन आई। देखो आ निचोड़ आ गया लास्ट के पंजाबी वार्तक शैली विच पक्याई भी अंग्रेजी के प्रभाव अधीन आई। ਸਾਡੇ ਕੋਲ ਪ੍ਰਸ਼ਨ ਸੀ, ਪ੍ਰਸ਼ਨ ਦਾ ਉੱਤਰ ਹੁਣ ਸਪਸ਼ਟ ਮਿਲ ਜਾਏਗਾ। ਇੱਕ ਬੋਲੀ ਦਾ ਦੂਜੀ ਬੋਲੀ ਦੇ ਪ੍ਰਭਾਵ ਸ਼ਬਦਾਵਲੀ ਦੀ ਵਰਤੋਂ ਤੇ ਸਾਹਿਤਕ ਮਰਿਆਦਾ ਦਾ ਪ੍ਰਯੋਗ, ਇਹ ਬਿਲਕੁਲ ਠੀਕ ਹੈ। ਇਹ ਰਾਈਟ ਆਨਸਰ ਹੋ ਗਿਆ, ਇਹ ਰਾਈਟ ਆਨਸਰ ਹੋ ਗਿਆ। ਦੂਸਰਾ ਸ਼ਬਦਾਵਲੀ ਦੀ ਪੱਧਰ ਉੱਤੇ ਪੰਜਾਬੀ ਉੱਪਰ ਕਿਸ ਭਾਸ਼ਾ ਦਾ ਪ੍ਰਭਾਵ, ਫਾਰਸੀ ਦਾ, ਬਿਲਕੁਲ ਸੀ ਰਾਈਟ ਆਨਸਰ। ਅੰਗਰੇਜ਼ੀ ਤੇ ਹੋਰ ਪੱਛਮੀ ਬੋਲੀਆਂ ਦਾ ਪ੍ਰਭਾਵ ਕਿਸ ਤਰ੍ਹਾਂ ਪਿਆ, ਭਾਸ਼ਾ ਦੇ ਪ੍ਰਯੋਗ ਰਾਹੀਂ, ਨਰੋਏ ਸਾਹਿਤ ਰਾਹੀਂ। ਅੰਗਰੇਜ਼ੀ ਤੇ ਹੋਰ ਪੱਛਮੀ ਬੋਲੀਆਂ ਦਾ ਪ੍ਰਭਾਵ ਓਕੇ, ਵਿਗਿਆਨਿਕ ਤੇ ਪੱਛਮੀ ਜੀਵਨ ਵਿਧੀਆਂ ਰਾਹੀਂ, ਦਰਸ਼ਨ ਤੇ ਪੱਛਮੀ ਵਿਧੀ ਰਾਹੀਂ। ਤੋ ਰਾਈਟ ਆਨਸਰ ਸਾਹਿਤ ਦੇ ਰਾਹੀਂ, ਇਸਦਾ ਆਨਸਰ ਹੈ। ਅੰਗਰੇਜ਼ੀ ਅਤੇ ਹੋਰ ਪੱਛਮੀ ਬੋਲੀਆਂ ਦਾ ਪੰਜਾਬੀ ਤੇ ਜੋ ਪ੍ਰਭਾਵ ਪਿਆ ਉਹ ਇਹਨਾਂ ਬੋਲੀਆਂ ਦਾ ਨਰੋਆ ਸਾਹਿਤ ਹੋ ਸਕਦਾ ਹੈ। ਇਸਦੇ ਆਧਾਰ ਤੇ ਰਾਈਟ ਆਨਸਰ ਬੀ, ਨਰੋਆ ਸਾਹਿਤ ਰਾਹੀਂ। ਅੰਗਰੇਜ਼ੀ ਭਾਸ਼ਾ ਦੇ ਸਾਹਿਤ ਦੇ ਪ੍ਰਭਾਵ ਨੇ ਪੰਜਾਬੀ ਵਿੱਚ ਕਿਹੜੀ ਤਬਦੀਲੀ ਲਿਆਂਦੀ? ਪੰਜਾਬੀ ਸਾਹਿਤ ਵਿੱਚ ਰਚਨਾਵਾਂ ਦੀ ਗਿਣਤੀਆਂ ਵਧੀਆ, ਇਹ ਕਿਤੇ ਇੰਡੀਕੇਟ ਨਹੀਂ ਕੀਤਾ ਗਿਆ, ਇਸ ਲਈ ਇਹਨੂੰ ਰੋਂਗ ਕਰਦੇ। ਪੰਜਾਬੀ ਵਿੱਚ ਕਵਿਤਾ, ਇਸਦਾ ਵੀ ਇੰਡੀਕੇਸ਼ਨ ਨਹੀਂ ਹੈ ਕਿਤੇ ਵੀ। ਪੰਜਾਬੀ ਵਿੱਚ ਨਵੀਂ ਵਾਰਤਕ ਸ਼ੈਲੀ ਵਿਕਸਿਤ ਹੋਈ, ਇਸਦੀ ਗੱਲ ਸਪਸ਼ਟ ਹੈ, ਸੀ ਇਜ਼ ਰਾਈਟ ਆਨਸਰ। ਪੰਜਾਬੀ ਵਿੱਚ ਨਵੇਂ ਮੁਹਾਵਰੇ ਦਾ ਬਿਲਕੁਲ ਨਹੀਂ। ਠੀਕ, ਅਸੀਂ ਬਿਨਾਂ ਪੈਰਾ ਪੜੇ ਜੋ ਅੰਦਾਜ਼ੇ ਲਗਾਏ ਸਨ ਉਹ ਕਾਫੀ ਹੱਦ ਤੱਕ ਠੀਕ ਨਿਕਲੇ। ਪੰਜਾਬੀ ਵਿੱਚ ਨਵੀਂ ਵਾਰਤਕ ਸ਼ੈਲੀ ਵਿਕਸਿਤ ਹੋਈ, ਉਹ ਕੀ ਸੀ? ਪੰਜਾਬੀ ਵਾਰਤਕ ਵਿੱਚ ਕਿਹੜੇ ਰੁਚੀ ਪੱਛਮੀ ਭਾਸ਼ਾਵਾਂ ਦੇ ਪ੍ਰਭਾਵ ਨਾਲ ਵਿਕਸਿਤ ਹੋਈ? ਇਹਦੇ ਵਿੱਚੋਂ ਇੱਕ ਉਹ ਕੁਐਸਚਨ ਦਾ ਆਨਸਰ ਮਿਲ ਰਿਹਾ ਹੈ ਕਿ ਉਹ ਕਿਹੜੀ ਰੁਚੀ ਵਿਕਸਿਤ ਹੋਈ, ਕਿ ਸਰਲਤਾ ਸਾਡੇ ਉਹਦੇ ਵਿੱਚ ਨਹੀਂ ਸੀ, ਸਾਡੀ ਪੰਜਾਬੀ ਦੀ ਵਾਰਤਕ ਵਿੱਚ ਸਰਲਤਾ ਨਹੀਂ ਸੀ, ਸਪਸ਼ਟਤਾ ਘੱਟ ਸੀ,
और संजमता घट सी। ये लेखक ने कहा है उसके चार अवगुण भी दसे सन के मुहावरे दर भाषा से व्याकरणक नियमों की पालना नहीं सी कटे, इस तरह के तीन चार गल्ला कीतियां। सो राइट आंसर बन चुका है पंजाबी वार्ता विच धर्म प्रधान विषय के प्रचलित हुए कदे भी नहीं, पहला ही विषय सन ये। पंजाबी वार्ता भाषा ज्यादा मुहावरेदार हो गई, हुंदा ही नहीं है। पंजाबी वार्ता वधेरे लोकप्रिय हो गई, इस तरह की कोई गल पैरे विच नहीं की गई। सो ये पैरे की गल हो गई। नैक्सट है वो केड़ी गली जिथे भागो नहीं खड़ी, की है मुहावरा है अखाण है। अखाण ते मुहावरा, कोई भी चीज अखाण ते मुहावरा कदे नहीं हुंदी, पक्की गल। वाक रूप है, वाक का पूरा रूप की है। इस ते भी काटा लगेगा, एदे विच्चों दोनों विच्चों एक चीज होएगी। हुण ए गल के पंजाब मुहावरे ते अखाण विच फर्क नूं किवें समझा जा सकता है। मुहावरे ते अखाण की पहचान से संबंधी प्रश्न आता है तो सिर्फ असी पहचान चिन्ह फोकस करांगे, इस विच होर बड़े डिफरेंस हैं, वो किसे फिर वीडियो विच जिक्र करांगे। पहचान लई नंबर एक, मुहावरा वैसे आकार विच अखाण नालों छोटा होंदा है। दूसरी पहचान मेन की है कि क्रियावी शब्द जिहड़े हुंदे हन जां क्रियावी रूप हुंदे हन जिहड़े धातु पछेत्र दे रूप विच मुहावरे विच लास्ट ते लगे हुए हुंदे हन, उहनां विच हन ना ने णा नी आ, इस तरह दे नियम हन। जिवें सिर खाणा ना मुहावरे विच होएगा, हथ चुकणा लास्ट विच होएगा। सो ये धातु पछेत्रां दे आधार ते अंत विच केड़ा पछेत्र लगा है उन्हों हटा के देखिए ते ये धातु बचेगी चुक, है ना। ये अपने आप विच पूर्ण अर्थ रखता है, लेकिन ना जिहड़ा है इहदे नाल जुड़ के ही आ रहा है, इसलिए ना जिहड़ा है ये पछेत्र है। और इस पछेत्र तो तुसी जल्दी पहचान सकते हाँ कि यह मुहावरा है या नहीं। वापस चलते हाँ, ओ केड़ी गली जिथे भागो नहीं खड़ी, ओ इथे उन्हां विचों कोई भी पिछेत्री, क्योंकि खड़ी जिहड़ा शब्द पूरा आ रहा है इहदे इहदे पिछे कोई भी धातु पिछेत्र नहीं दिखाई दे रहा जिहड़े असीं उहदे विच डिस्कस करके आए हाँ। दूसरा इसका आकार, तीसरा ये अपने आप विच पूर्ण अर्थ लैके बैठता है। सो इन्हां दे आधार ते असीं साफ कह सकते हाँ पूर्ण अर्थ इहदे विच साफ दिखाई दिंदे हन, ये अखाण है मुहावरा नहीं है। अगला है एक अनार सो बीमार, आकार विच छोटा है कि ये मुहावरा है जां अखाण है जां उक्ति जां लोक कथन इन्हां विचों नहीं है। सो अना वाला कुछ भी नहीं आ रहा, ना नी ना आ, है ना। सो ये फिर असीं अखाण, ये आंसर ठीक है, इसनूं अखाण लैके चल रहे हाँ। अखाण ते मुहावरियां दी भाषा दा संचारी गुण की है, ये कुछ एमए लेवल दा क्वेश्चन है। दू अर्थकता, अर्थ किन्ने, दो अर्थ, दो तो ज्यादा अर्थ, एक अर्थ। सो इन्हां नूं जे ऑड कढ़ना होवे, ऑड लखनार्थकता, लखनार्थकता। शायद मैं इसे वीडियो विच पिछे गल करके आया हाँ कि शब्द दीयां तीन शक्तियां हुंदियां हन। दूसरे पासे जाके गल करदे हाँ, कोई भी शब्द है उस दीयां शक्तियां हुंदियां हन। शक्तियां नूं जदो साहित्यिक प्रमुख तौर ते तीन भागां विच वंडिया जांदा है, अभिधा लक्षण ते व्यंजना। व्यंजना व्यंग नूं इस तरह समझ सकते हैं, लक्ष्य है ना, ये जो पंजाबी विच शब्द आएगा ये बन जाएगा लख शना जा लक्षणा। ठीक, उत्थे साडे को शब्द है जाके देखते हाँ, लखणार्थकता, आर्थकता पिछे ला दिता है, लखणार्थकता, ठीक ये लगा देता है लखणा, श नहीं लाया,
ਸ਼ਾ ਕੱਟ ਦਿੱਤਾ ਗਿਆ ਹੈ ਸੋ ਲਕਸ਼ਣਾ ਸ਼ਕਤੀ ਤੋਂ ਬਣਿਆ ਹੈ ਇਸ ਦੀ ਐਗਜ਼ਾਮਪਲ ਦਿੰਦਾ ਹਾਂ ਮੰਨ ਲਓ ਤੁਸੀਂ ਸ਼ਬਦ ਹੈ ਤੁਹਾਡੇ ਕੋਲ ਸ਼ੇਰ 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 ਦੇ ਪਹਿਲੇ ਅਰਥ ਕੀ ਹੈ ਕਿ ਇੱਕ ਜਾਨਵਰ ਹੈ ਉਸਦੀ ਪੂੰਛ ਹੈ ਉਸਦੇ ਉਹ ਬਹੁਤ ਖੂੰਖਾਰ ਹੈ ਠੀਕ ਹੈ ਉਹ ਮਾਸ ਖਾਂਦਾ ਹੈ ਉਸਦਾ ਰੰਗ ਇਸ ਤਰ੍ਹਾਂ ਦਾ ਹੈ ਉਸਦਾ ਸਾਈਜ਼ ਇਸ ਤਰ੍ਹਾਂ ਦਾ ਹੈ ਠੀਕ ਹੈ ਇਹ ਸਾਰੇ ਗੁਣ ਜਿਹੜੇ ਜਦੋਂ ਸ਼ੇਰ ਅਸੀਂ ਬੋਲਦੇ ਹਾਂ ਇਹ ਸਿੱਧੇ ਸਪਸ਼ਟ ਪਹਿਲੇ ਅਰਥ ਜਿਹੜੇ ਹੈ ਇਹ ਸ਼ੇਰ ਦੇ ਸ਼ੇਰ ਹਨ ਲਕਸ਼ਣਾ ਇਸ ਦੇ ਦੂਸਰੇ ਅਰਥ ਹੋ ਜਾਂਦੇ ਹਨ ਇਹ ਪਹਿਲਾ ਅਰਥ ਹੋ ਗਿਆ ਦੂਸਰਾ ਅਰਥ ਦੂਸਰੀ ਸ਼ਕਤੀ ਹਾਂ ਮੇਰਾ ਪੁੱਤ ਸ਼ੇਰ ਹੈ ਇੱਕ ਔਰਤ ਕਹਿੰਦੀ ਹੈ ਦੂਜੇ ਪੁੱਤ ਨੂੰ ਮੇਰਾ ਪੁੱਤ ਸ਼ੇਰ ਹੈ ਹੁਣ ਇੱਥੇ ਇਸਦਾ ਅਰਥ ਇਹ ਨਹੀਂ ਹੈ ਕਿ ਉਸਦੇ ਪੁੱਤ ਦੇ ਪੂੰਛ ਲੱਗੀ ਹੋਈ ਹੈ ਉਸਦਾ ਪੁੱਤ ਜੰਗਲ ਵਿੱਚ ਰਹਿੰਦਾ ਹੈ ਉਸਦਾ ਪੁੱਤ ਮਾਸ ਖਾਂਦਾ ਹੈ ਉਸਦਾ ਪੁੱਤ ਖੂੰਖਾਰ ਹੈ ਇੱਥੇ ਸ਼ੇਰ ਦਾ ਇੱਕ ਗੁਣ ਲੈ ਲਿਆ ਸ਼ੇਰ ਦਾ ਇੱਕ ਗੁਣ ਕੀ ਸੀਗਾ ਕਿ ਬਹਾਦਰੀ ਦੂਸਰੇ ਤੇ ਉਹ ਬਹਾਦਰੀ ਵਾਲਾ ਗੁਣ ਦੱਸਣ ਲਈ ਸ਼ੇਰ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਠੀਕ ਸ਼ੇਰ ਦਾ ਫਿਜ਼ੀਕਲ ਰੂਪ ਇੱਥੇ ਆ ਰਿਹਾ ਹੈ ਦੂਜੇ ਵਿੱਚ ਸ਼ੇਰ ਦਾ ਕੁਛ ਵਿਸ਼ੇਸ਼ ਗੁਣ ਹੈ ਰੀਪ੍ਰੈਜੈਂਟੇਟਿਵ ਗੁਣ ਹੈ ਜਿਸ ਲਈ ਸ਼ੇਰ ਜ਼ਿਆਦਾ ਪ੍ਰਚਲਿਤ ਹੈ ਕਿ ਸ਼ੇਰ ਜੰਗਲ ਵਿੱਚ ਸਭ ਤੋਂ ਬਹਾਦਰ ਹੁੰਦਾ ਹੈ ਤੇ ਇਸ ਲਈ ਉਸ ਨੂੰ ਮਨੁੱਖ ਨੇ ਵਰਤ ਲਿਆ ਇਹ ਤਾਂ ਗਊ ਹੈ ਇਸ ਦਾ ਮਤਲਬ ਨਹੀਂ ਇਸਦੇ ਸਿੰਘ ਉੱਗੇ ਹਨ ਇਸਦੇ ਪੂੰਛ ਅੱਗੀ ਹੈ ਇਹ ਗੋਹਾ ਕਰਦੀ ਹੈ ਇਸ ਤਰ੍ਹਾਂ ਨਹੀਂ ਹੈ ਇਸ ਦਾ ਮਤਲਬ ਹੈ ਕਿ ਉਹ ਸਾਊ ਹੈ ਗਾਂ ਦਾ ਇੱਕ ਗਊ ਦਾ ਇੱਕ ਗੁਣ ਹੈ ਇਸੇ ਤਰ੍ਹਾਂ ਇਹ ਦੋ ਸ਼ਕਤੀਆਂ ਹਨ ਜਿਹੜੀ ਲਕਸ਼ਣਾ ਜਾਂ ਲੱਖਣਾ ਸ਼ਕਤੀ ਹੈ ਇਹ ਦੂਜੀ ਸ਼ਕਤੀ ਮੁਹਾਵਰਿਆਂ ਵਿੱਚ ਤੇ ਅਖਾਣਾਂ ਵਿੱਚ ਵਰਤੀ ਜਾਂਦੀ ਹੈ ਇਸ ਨੂੰ ਸਮਝ ਲੈਣਾ ਚਾਹੀਦਾ ਹੈ ਪਿੱਛੇ ਅਖਾਣ ਮੁਹਾਵਰੇ ਦੇਖ ਕੇ ਆਏ ਹਾਂ ਤੁਸੀਂ ਉਹਦੇ ਉਹੀ ਹੁਣ ਮੈਂ ਕਹਿੰਦਾ ਹਾਂ ਅੱਖਾਂ ਤੇ ਬਿਠਾਉਣਾ ਇਸਦਾ ਪਹਿਲੀ ਸ਼ਕਤੀ ਦਾ ਅਰਥ ਕੀ ਹੈ ਕਿ ਤੁਸੀਂ ਮੇਰੇ ਘਰ ਆਏ ਮੈਂ ਤਾਂ ਅੱਖ ਖੋਲੀ ਇਸ ਤਰ੍ਹਾਂ ਅੱਖ ਕੱਢੀ ਇਸ ਤਰ੍ਹਾਂ ਤੁਹਾਨੂੰ ਉੱਤੇ ਬਿਠਾ ਤਾ ਇਹ ਕਿਹੜੀ ਸ਼ਕਤੀ ਹੋ ਗਈ ਹਬੀਦਾ ਸ਼ਕਤੀ ਪਰ ਇਸਦਾ ਇਹ ਮਤਲਬ ਨਹੀਂ ਹੈ ਅੱਖਾਂ ਤੇ ਬਿਠਾਉਣਾ ਇਸਦੇ ਦੂਸਰੇ ਲਕਸ਼ਣਾਂ ਵਾਲੇ ਲਕਸ਼ ਕੀ ਹੈ ਕਿ ਮੈਂ ਬਹੁਤ ਸਤਿਕਾਰ ਕਰਨਾ ਚਾਹੁੰਦਾ ਹਾਂ ਬਹੁਤ ਆਦਰ ਮਾਣ ਕਰਨਾ ਚਾਹੁੰਦਾ ਹਾਂ ਤੇ ਇਸ ਲਈ ਸ਼ਬਦ ਇਹ ਵਰਤੇ ਜਾਂਦੇ ਹਨ ਤੁਸੀਂ ਉਸਦੀ ਜ਼ਿਆਦਾ ਕੇਅਰ ਕਰਦੇ ਹੋ ਉਹ ਵਾਲੇ ਗੁਣਾਂ ਦੇ ਜਿਹੜੇ ਹੈ ਸ਼ਬਦ ਵਰਤੇ ਜਾਂਦੇ ਹਨ ਮੁਹਾਵਰੇ ਤੇ ਅਖਾਣਾਂ ਦੇ ਵਿੱਚ ਤੇ ਵਿਅੰਜਨਾ ਸ਼ਕਤੀ ਕਿੱਥੇ ਯੂਜ਼ ਹੁੰਦੀ ਹੈ ਵਿਅੰਜਨਾ ਸ਼ਕਤੀ ਬਹੁਤ ਜ਼ਿਆਦਾ ਡੂੰਘੇ ਤੇ ਵਿਸਤਾਰ ਵਾਲੇ ਅਰਥ ਹੁੰਦੇ ਹਨ ਜਿੰਨਾ ਵੀ ਤੁਹਾਡਾ ਉੱਚ ਸਾਹਿਤ ਹੈ ਤੁਸੀਂ ਸ਼ੇਕਸਪੀਅਰ ਇੰਗਲਿਸ਼ ਵਾਲੇ ਗੱਲ ਕਰਦੇ ਹਨ ਅਸੀਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੇ ਜੇ ਗੀਤ ਸੁਣਦੇ ਹੋਵੋ ਕਈ ਵਾਰੀ ਤਾਂ ਤੁਹਾਨੂੰ ਸ਼ਬਦ ਕਰਦੇ ਕਰਦੇ ਉਹ ਇਤਨੇ ਬਿੰਬ ਵਰਤ ਲੈਂਦੇ ਨੇ ਕਿ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਪਰ ਇਹ ਕਹਿੰਦੇ ਹਾਂ ਕਿ ਯਾਰ ਅੱਛਾ ਲੱਗਾ ਮਤਲਬ ਕਈ ਹਜੇ ਸ਼ਕਤੀਆਂ ਤੱਕ ਅਸੀਂ ਪਹੁੰਚ ਹੀ ਨਹੀਂ ਪਾਏ ਲੂਣਾ ਉਹਨਾਂ ਨੇ ਲਿਖੀ ਨਵੇਂ ਅਰਥ ਕੀਤੇ ਕਿ ਲੂਣਾ ਦਾ ਕਸੂਰ ਨਹੀਂ ਸੀ ਉਸ ਸਮਾਜ ਦਾ ਕਸੂਰ ਸੀ ਜਿਨ੍ਹਾਂ ਨੇ ਇੱਕ ਉਸਦੀ ਭਾਵਨਾ ਨੂੰ ਉਸਦੀ ਇੱਕ ਜ਼ਰੂਰਤ ਸੀ ਸੈਕਸ ਉਸਦੀ ਇੱਕ ਨੀਡ ਸੀ ਲੇਕਿਨ ਉਸਦੀ ਨੀਡ ਨਾ ਪੂਰੀ ਕਰਨ ਲਈ ਲੂਣਾ ਨੂੰ ਬਹੁਤ ਜ਼ਿਆਦਾ ਬਜ਼ੁਰਗ ਵਿਅਕਤੀ ਨਾਲ ਵਿਆਹ ਦਿੱਤਾ ਗਿਆ ਸੋ ਉਸਦੀ ਇੰਟਰਪ੍ਰੀਟੇਸ਼ਨ ਇਹ ਕੀਤੀ ਗਈ ਸੋ ਬੜੇ ਉਹ ਇੱਕ ਮੈਨੂੰ ਕਵਿਤਾ ਯਾਦ ਆਉਂਦੀ ਹੈ ਜਿਹੜੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ ਲਫ਼ਜ਼ ਤਾਂ ਸਾਊ ਬਣੇ ਨੇ ਯਾ ਖੁਦਾ ਬਣਿਆ ਰਹੇ ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ ਰਿਸ਼ਤਿਆਂ ਦੇ ਕਾਤ ਵਿਚਲਾ ਫਾਸਲਾ ਇਸ ਤਰ੍ਹਾਂ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ ਇਸ ਤਰ੍ਹਾਂ ਹੈ ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ
हाए पर किरदार ते गलबात विचला फांसला इस तरह है जिस तरह सब तो लास्ट वाला जिहड़ा शेर है अध्यापक लिए बहुत जरूरी है टीचर डे ते सुनावांगा जहर दा प्याला मेरे होठां ते आके रुक गया जहर दा प्याला मेरे होठां ते आके रुक गया रह गया मेरे ते सुकरात विचला फांसला इस तरह हर शेर जो है एक बहुत वड्डा व्यंग है बहुत वड्डा कटाक्ष है और उसके अर्थ समझने लिए हो सकता है कि तुसी ये गजल कई बार सुनी हो पर तुहानू अर्थ समझ ना आए हुन समझ तां आंदे हन जे जिंदगी दी डूंघाई उस तरह जी रहे हुन वो दुख नू समझ रहे हो उस दुख नू हंडा रहे हुन तां समझ आएगा सो वो शायरी जां वो साहित्य जिहड़ा है लक्षण शक्ति वाला उच्चे अर्थ व्यापक अर्थ धारनी हुंदा है अगे चलते हैं तत्सम शब्द तो की भाव है याद रखना है जो दूजी भाषा तो असि कुछ चीज उधारी लेने हैं तुसी अंग्रेज अंग्रेजी भाषा तो कुछ शब्द उधारे ले तुसी उस शब्द उसका शरीर उस तरह ले लिया ते अर्थ भी उस तरह ले ले जे इस तरह है तो वह तत्सम शब्द है कि इस तरह है किसी होर भाषा के मौलिक शब्द शब्द रूप मौलिक उन्होंने शब्द लै ले कई उदाहरण हैं साइकिल है स्टेशन है तुम कई उदाहरण लै सकते हो उदाहरण लवेंगे इससे वक्रा वीडियो से गल करांगे किसी भाषा के बदले हुए शब्दों का रूप किसी होर भाषा तो उदरत शब्द रूप उदरत शब्द रूपा दे बदलने रूप जेडे बदलवे रूप नहीं हैं वो तद्भव बन जाने हैं सो किसी होर भाषा के उदरत उधारे ले हुए शब्द इतने भी बदले हुए है इसलिए राइट आंसर होगा सी उधार लेने हैं ना असि शब्द नेक्स्ट है शुद्ध शब्द जोड़ दसो सामग्री व्यापक सामग्री गलत है सामग्री सो एना देख के गलत लाता भाषा ठीक है संरचना ठीक है बुनियादी बुनियादी गलत है वर्णन न न अच्छा ये कन्फ्यूजन है कई इस राइट आंसर दसते हैं पर पंजाबी यूनिवर्सिटी पटियाला वालों जी डिक्शनरी है पंजाबी तो अंग्रेजी वाली जां पंजाबी वाली उस विच वर्णन इस तरह लिखा गया है क्योंकि इतने नाना यूज किया है इसलिए इसनू असी रोंग कर रहे हैं सामग्री का स इत्थे गलती है इनू क्रॉस कर दिता भाषा ठीक है संरचना ठीक है ये दोवें शब्द ठीक लग रहे हैं राइट आंसर एक तरह मिल गया पर देखना पड़ेगा बुनियादी बुनियादी आना इत्थे गलती है क्रॉस हो गया वर्णन पंजाबी यूनिवर्सिटी पटियाला दी जिहड़े कोश ने डिक्शनरी है उन्होंने विच वर्णन नू इस तरह लिख रहे हैं तो इस दे आधार ते पंजाबी यूनिवर्सिटी पटियाला दे आधार ते हां बेशर्म नू इसे तरह लिखते हैं ये ठीक है बिल्कुल इस नू गलत मान रहे हैं सो राइट आंसर बी वल जावांगा बेशक राइट आंसर शायद पेपर विच नहीं है मैं पंजाबी यूनिवर्सिटी पटियाला दे कोश दे आधार ते भाषा ते संरचना दे इस नू शुद्ध कह रहे हैं पंजाबी साहित दा मुड बजदा है बाबा फरीद दी बाणी तो बिल्कुल ठीक है अच्छा और ऑप्शन भी है पंजाबी भाषा का सिंपल आंसर है पंजाबी भाषा का मुड बजदा है बाबा फरीद की बाणी तो 12वीं सदी विच दा साहित है श्री गुरु ग्रंथ साहिब विच जिहड़ी सब तो पुरानी बाणी शामिल है हाँ वो बाबा फरीद जी की है कोई श्लोक पढ़ो तुसी पंजाबी तो समझ आती है देखो 12वीं सदी हुण तुसी केड़ी सदी विच हो वो पंजाबी अज भी गलिए चिक्कड़ दूर कर नाल प्यारे ने चला तो भिजे कंबड़ी रहां तो टुटे ने ठीक है नाथ जोगियां तो नहीं लोक साहित्य तो नहीं गुरु नानक देव जी की बाणी तो नहीं बाबा फरीद जी की बाणी गुरु नानक देव जी की बाणी तो बहुत पुरानी है पहला है पता है तुहानू गुरु नानक देव जी का जन्म कदों होया आधुनिक पंजाबी साहित्य का पितामा किसनू कहा जाता है ओ दुल्हन नाटक सी ना मेरे ख्याल अच्छा नहीं आधुनिक आधुनिक है भी पंजाबी साहित्य का पितामा जो है वह फिर बाबा फरीद होंगे जो आधुनिक शब्द आ गया तो फिर भाई वीर सिंह होया किसी पंजाबी विच भाई वीर सिंह जी ने हर साहित्यक पहला नावल पहली कहानी इस तरह लिखण की कोशिश की है जिस करके आधुनिक रूपां दे विच लिखण की कोशिश की
ਸੋ ਬੇਸ਼ੱਕ ਉਹਨਾਂ ਦੇ ਵਿੱਚ ਕੁਝ ਸਾਹਿਤਕ ਕਮਜ਼ੋਰੀਆਂ ਸੀ, ਬਾਅਦ ਵਿੱਚ ਅੱਛੇ ਨਾਵਲ ਲਿਖੇ ਜਾਣੇ ਸ਼ੁਰੂ ਹੋ ਗਏ, ਕਹਾਣੀਆਂ ਲਿਖਣੀਆਂ ਸ਼ੁਰੂ ਹੋ ਗਈਆਂ, ਸੋ ਲੇਕਿਨ ਪਿਤਾਮਾ ਉਸਨੂੰ ਕਿਹਾ ਜਾਂਦਾ ਹੈ। ਪੰਜਾਬੀ ਰੰਗ ਮੰਚ ਦਾ ਮੋਢੀ ਆਈ ਸੀ ਨੰਦਾ ਹੈ ਨਾ, ਦੁਲਹਨ ਤੇ ਸੁਹਾਗ ਦੋ ਨਾਮ ਹਨ ਉਹਨਾਂ ਦੇ, ਤੇ ਰਾਈਟ ਆਂਸਰ ਅਸੀਂ ਸੀ ਨੂੰ ਲਗਾ ਦਿੱਤਾ ਹੈ। ਪੰਜਾਬੀ ਵਿੱਚ ਗਿਆਨ ਪੀਠ ਸਨਮਾਨ ਪ੍ਰਾਪਤ ਕਰਨ ਵਾਲਾ ਲੇਖਕ ਕੌਣ ਹੈ? ਪੰਜਾਬੀ ਵਿੱਚ ਅੰਮ੍ਰਿਤਾ ਪ੍ਰੀਤਮ ਜੀ ਨੂੰ ਪੱਕਾ ਮਿਲਿਆ ਹੈ, ਸੁਰਜੀਤ ਪਾਤਰ ਸਾਹਿਬ ਨੂੰ, ਗਿਆਨਪੀਠ। ਗਿਆਨਪੀਠ ਬਹੁਤ ਸਾਹਿਤ ਅਕਾਦਮੀ ਨੀਵੇਂ ਲੈਵਲ ਦਾ ਹੈ, ਉਸ ਤੋਂ ਉੱਚਾ ਜਿਹੜਾ ਹੈ ਗਿਆਨਪੀਠ ਪੁਰਸਕਾਰ ਹੈ, ਅੰਮ੍ਰਿਤਾ ਪ੍ਰੀਤਮ ਜੀ ਨੂੰ ਮਿਲਿਆ ਸੀ, ਸੁਰਜੀਤ ਪਾਤਰ ਜੀ ਨੂੰ ਮਿਲਿਆ ਸੀ, ਗੁਰਦਿਆਲ ਸਿੰਘ ਜੀ ਨੂੰ ਮਿਲਿਆ ਸੀ। ਇਹ ਮੈਂ ਪਿਛਲੀ ਨੌਲੇਜ ਦੇ ਆਧਾਰ ਤੇ ਦੱਸ ਰਿਹਾ ਹਾਂ, ਹੁਣ ਦਾ ਮੈਂ ਇਹ ਨਹੀਂ ਪੜਿਆ, ਸੋ ਇਸ ਨੂੰ ਕਨਫਰਮ ਵੀ ਕੀਤਾ ਜਾ ਸਕਦਾ, ਪਰ ਹਾਂ ਇਹਨਾਂ ਨੂੰ ਮਿਲਿਆ ਹੈ। ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਸ ਨੂੰ ਕਿਹਾ ਜਾਂਦਾ ਹੈ? ਸੰਤ ਸਿੰਘ ਸੇਖੋਂ। ਸੰਤ ਸਿੰਘ ਸੇਖੋਂ ਨੇ ਪਹਿਲੀ ਵਾਰ ਸਾਹਿਤਕ ਆਲੋਚਨਾ ਪਹਿਲੀ ਵਾਰ ਸਿਧਾਂਤਕ ਕੀਤੀ। ਸਿਧਾਂਤਕ ਮੀਨ ਕਿ ਕੋਈ ਸਿਧਾਂਤ, ਕੋਈ ਥਿਊਰੀ ਲਈ, ਮਾਰਕਸਿਜ਼ਮ ਨੂੰ ਲਿਆ ਉਹਨਾਂ ਨੇ ਕਾਮਰੇਡੀ ਵਿਚਾਰਧਾਰਾ ਲਈ, ਤੇ ਇਹ ਦੇਖਿਆ ਕਿ ਸਾਹਿਤ ਕਾਮਰੇਡੀ ਵਿਚਾਰਧਾਰਾ ਮੀਨ ਕਿ ਉਹ ਨੀਵੇਂ ਵਰਗ ਦੇ ਜਿਹੜੇ ਸ਼ੋਸ਼ਿਤ ਵਰਗ ਹੈ ਉਸਨੂੰ ਉੱਪਰ ਚੱਕਣ ਲਈ ਗੱਲ ਕਰ ਰਿਹਾ ਹੈ ਸਾਹਿਤ, ਤਾਂ ਉਸਨੂੰ ਚੰਗਾ ਸਾਹਿਤ ਕਹਾਂਗੇ। ਇਹ ਆਲੋਚਨਾ ਦਾ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ। ਸੋ ਸਾਹਿਤਕ ਆਲੋਚਨਾ ਉਹਨਾਂ ਨੇ ਦਿੱਤੀ, ਅੱਛਾ ਆਲਰਾਊਂਡਰ ਉਹਨਾਂ ਨੇ, ਸਰਬਾਂਗੀ ਸਾਹਿਤ ਉਹਨਾਂ ਨੇ, ਸੋ ਸਰਬਾਂਗੀ ਸਾਹਿਤ ਲਿਖਣ ਕਰਕੇ ਉਹਨਾਂ ਨੂੰ ਬਾਬਾ ਬੋਹੜ ਕਿਹਾ ਜਾਂਦਾ ਹੈ। ਪਿਆਰ ਕਬਜ਼ਾ ਨਹੀਂ ਪਹਿਚਾਨ ਹੈ, ਇਸ ਤਰ੍ਹਾਂ ਦੇ ਜੋ ਵਾਕ ਹਨ ਫਿਰ ਅਖਾਣ ਬਣ ਜਾਂਦੇ ਹਨ। ਪ੍ਰਿੰਸੀਪਲ ਤੇਜਾ ਸਿੰਘ ਨਹੀਂ, ਇਹਨਾਂ ਨੇ ਲਿਖਿਆ ਸੀ, ਪਿਆਰ ਇੱਟਾਂ ਜਾਂ ਬੱਟਿਆਂ ਦੇ ਘਰ ਨੂੰ ਨਹੀਂ ਕਹਿੰਦੇ, ਪਿਆਰ ਉਹ ਥਾਂ ਹੈ ਜਿੱਥੇ ਸਧਰਾਂ ਪਲਦੀਆਂ ਨਾ, ਪਿਆਰ ਗੁਰਬਖਸ਼ਨ ਪ੍ਰੀਤ ਲੜੀ ਦੇ ਇਹ ਸ਼ਬਦ ਹਨ। ਕਬਜ਼ਾ ਨਹੀਂ ਪਹਿਚਾਨ ਹੈ, ਬੀ ਇਜ਼ ਰਾਈਟ ਆਂਸਰ। ਅੱਜ ਆਖਾਂ ਵਾਰਿਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅਮਿਤਾ ਪ੍ਰੀਤਮ। ਅੱਜ ਆਖਾਂ ਵਾਰਿਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ, ਲਿਖ ਲਿਖ ਮਾਰੀ ਵਹਿਣ, ਅੱਜ ਲੱਖਾਂ ਧੀਆਂ ਰੋਵਣ ਤੈਨੂੰ ਵਾਰਿਸ਼ਾਂ ਨੂੰ ਕਹਿਣ। ਅੱਜ ਰੋਵਣ ਦੀ ਜਗ੍ਹਾ ਤੇ ਅਸੀਂ 1 ਕਰੋੜ ਤੋਂ ਵੱਧ ਜਿਹੜੀਆਂ ਧੀਆਂ ਮਾਰ ਚੁੱਕੇ ਹਾਂ, ਪੰਜਾਬ ਹਰਿਆਣਾ ਇਸ ਵਿੱਚ ਜ਼ਿਆਦਾ ਤਰੱਕੀ ਦਿਖਾਈ ਹੈ ਬਾਕੀ ਨਾਲੋਂ। ਸੋ ਅੰਮ੍ਰਿਤ ਪ੍ਰੀਤਮ ਦੇ ਉਹ ਵਿਚਾਰਾਂ ਨੂੰ ਫਿਰ ਰੂਪਾਂਤਰਿਤ ਕੀਤਾ ਜਾ ਸਕਦਾ ਹੈ ਕਿ ਧੀਆਂ ਦੀ, ਕੁੜੀਆਂ ਦੀ ਅੱਜ ਵੀ ਉਨੀ ਕਦਰ ਨਹੀਂ ਹੈ, ਹਾਂ ਬੇਸ਼ੱਕ ਤਬਦੀਲੀ ਆਈ ਹੈ। ਸੋ ਇਸ ਤਰ੍ਹਾਂ ਦੇ ਵਿਚਾਰ ਕਵਿਤਾ ਵਿੱਚ ਰੱਖੇ। ਡਾਕਟਰ ਤੀਰਥ ਸਿੰਘ, ਲਰਨ ਟੂ ਐਕਚੁਲਾਈਜ਼। ਥੈਂਕ ਯੂ।